ਇੱਥੇ ਸਾਰੇ ਦਰਸ਼ਕਾਂ ਦਾ ਦੇਸ਼ੋ ਦੇ ਵਿੱਚ ਸਵਾਗਤ ਹੈ। ਆਓ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਕਰਦੇ ਹਾਂ ਵਿਦੇਸ਼ਾਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਦੇ ਨਫੇ ਨੁਕਸਾਨ, ਸੋਚ, ਉਹਨਾਂ ਦਾ ਇੰਟਰਸਟ, ਉਹਨਾਂ ਦੀ ਫਿਊਚਰ ਪਲੈਨਿੰਗਸ, ਉਹਨਾਂ ਦੀਆਂ ਕਰੀਅਰ ਪਲੈਨਿੰਗਸ। ਸ਼ੁਰੂਆਤ ਇੱਥੋਂ ਹੋ ਜਾਂਦੀ ਹੈ ਕਿ ਅਸੀਂ ਕੰਸਲਟੈਂਟਸ ਤੋਂ ਇੱਕ ਵੀਜ਼ਾ ਗਾਈਡਲਾਈਨ ਲੈਣ ਜਾਂਦੇ ਹਾਂ। ਕਿੰਨੇ ਕੁ ਪੰਜਾਬ ਦੇ ਵਿੱਚ ਕੰਸਲਟੈਂਟਸ ਨੇ ਜਿਹੜੇ ਕਿਸੇ ਦੇਸ਼ ਨੂੰ ਕੰਪੈਰੀਜ਼ਨ ਕਰਕੇ ਉਹਦੇ PR ਤੱਕ ਦੇ ਸਫ਼ਰ ਬਾਰੇ ਦੱਸਦੇ ਨੇ, ਜਾਂ ਸਿਰਫ ਆਪਣੀ ਫੀਸ ਜਾਂ ਕਮਿਸ਼ਨ ਜੇ ਬਟੋਰਨ ਤੱਕ ਹੀ ਅਸੀਂ ਸੀਮਤ ਹੋਏ ਹੋਏ ਹਾਂ। ਸੋ ਵਿਦਿਆਰਥੀ ਨੂੰ ਅਵੇਅਰ ਕਰਨ ਵਾਸਤੇ ਇੱਕ ਵਾਰੀ ਫਿਰ ਅਸੀਂ ਗੋਗਲੋਬਲ ਦਾ ਸੱਦਾ ਦਿੱਤਾ ਨਵਨੀਤ ਜਿਨ੍ਹਾਂ ਨੇ, ਜੋ ਕਿ ਆਸਟ੍ਰੇਲੀਆ ਬਾਰੇ, ਨਿਊਜ਼ੀਲੈਂਡ ਬਾਰੇ ਇੱਕ ਕੰਪੈਰੀਜ਼ਨ, ਅਤੇ ਨਾਲੋ ਨਾਲ SPP ਦੇ ਬਦਲ ਰਹੇ ਰੂਲਸ ਬਾਰੇ, ਮਈ ਅਤੇ ਸੈਪਟੈਂਬਰ ਇਨਟੇਕ ਬਾਰੇ ਵੀ ਚਰਚਾ ਕਰਾਂਗੇ, ਅਤੇ ਨਾਲੋ ਨਾਲ ਵਿਦਆਊਟ ਆਇਲਸ ਸਿੰਗਾਪੁਰ ਜਾਣ ਵਾਲੇ ਵਿਦਿਆਰਥੀ ਲਈ ਨਵੀਆਂ ਗੱਲਾਂ ਅੱਜ ਇਸ ਸ਼ੋਅ ਦੇ ਵਿੱਚ ਹੋਣਗੀਆਂ। ਨਵਨੀਤ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਰਣਬੀਰ ਜੀ, ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ। ਸ਼ੁਰੂਆਤ ਕਰਦੇ ਹਾਂ, ਆਸਟ੍ਰੇਲੀਆ ਬਹੁਤ ਵੱਡਾ ਕਰੇਜ਼ ਹੈ, ਨਿਊਜ਼ੀਲੈਂਡ ਬਹੁਤ ਵੱਡਾ ਕਰੇਜ਼ ਹੈ। ਦੋਵੇਂ ਦੇਸ਼ਾਂ ਨੂੰ ਜੇ ਅਸੀਂ ਕਲੱਬ ਕਰ ਲਈਏ, ਕੀ ਸਮਝਦੇ ਹੋ ਤੁਸੀਂ ਨਿਊਜ਼ੀਲੈਂਡ ਕਿਉਂ ਜਾਂਦਾ ਵਿਦਿਆਰਥੀ, ਆਸਟ੍ਰੇਲੀਆ ਕਿਉਂ ਜਾਂਦਾ ਜਿਹੜੇ ਤੁਹਾਡੇ ਕੋਲ ਆਉਂਦੇ? ਰਣਬੀਰ ਜੀ, ਇੱਕ ਮੇਰਾ ਖਿਆਲ ਮੁੱਦਾ ਨਾ ਆਪਣੇ 10 ਮਿੰਟ ਪ੍ਰੋਗਰਾਮ ਦੇ ਆਪਾਂ ਜਿਹਨੂੰ ਦਈਏ ਘੱਟੋ ਘੱਟ, ਇਹ ਇੱਕ ਬੜਾ ਸੰਗੀਨ ਜਿਹਾ ਸਵਾਲ ਹੈ ਵੀ ਕਿਹੜਾ ਮੁਲਕ ਤੇ ਕਿਉਂ ਨਾਲ ਲੱਗਦੇ ਮੁਲਕ ਨੇ। ਜੇ ਆਪਾਂ ਗੱਲ ਕਰੀਏ, ਇੱਕ ਦੀ ਆਬਾਦੀ ਜਿਹੜੀ ਹੈਗੀ ਹੈ ਉਹ ਸਿਰਫ 45 ਲੱਖ ਦੀ, ਦੂਜੀ ਲਗਭਗ 4 ਕਰੋੜ। ਜੇ ਆਪਾਂ ਏਰੀਆ ਦਾ ਫੇਅਰ ਕਰੀਏ ਤਾਂ ਬਹੁਤ ਵੱਡਾ ਫਰਕ, ਆਸਟ੍ਰੇਲੀਆ ਮੇਰਾ ਖਿਆਲ 50 ਨਿਊਜ਼ੀਲੈਂਡ ਵਿੱਚ ਪੂਰੇ ਆ ਜਾਣ ਜਿੰਨਾ ਕੁ ਵੱਡਾ ਉਹ ਮੁਲਕ ਹੈ। ਪਰ ਪਾਲਿਸੀਆਂ ਨੂੰ ਕੰਪੇਅਰ ਕਰੀਏ, ਉੱਥੇ ਗਏ ਬੱਚਿਆਂ ਨੂੰ ਕੰਪੇਅਰ ਕਰੀਏ, ਖਰਚੇ ਨੂੰ ਕੰਪੇਅਰ ਕਰੀਏ, ਤਾਂ ਇੱਕ ਬੜੀ ਡਿਫਰੈਂਟ ਜੀ ਜਾਂ ਇੱਕ ਬੜੀ ਨਵੀਂ ਸੋਚ ਪੈਦਾ ਹੁੰਦੀ ਹੈ। ਸ਼ਾਇਦ ਵਪਾਰਕ ਤੌਰ ਤੇ ਮੇਰੇ ਆਸਟ੍ਰੇਲੀਆ ਬੱਚੇ ਵੱਧ ਜਾ ਰਹੇ ਨੇ, ਅੱਧੇ ਵਿੱਚ ਨਿਊਜ਼ੀਲੈਂਡ ਘੱਟ ਜਾਣਗੇ, ਇਹ ਵਪਾਰਕ ਤੌਰ ਤੇ ਤਾਂ ਮੈਂ ਕਹਿ ਸਕਦਾ। ਬਟ ਇੱਕ ਬੱਚਾ ਜਦੋਂ ਬਾਹਰ ਜਾਂਦਾ ਉਹਦੇ ਪੈਰਾਮੀਟਰ, ਰਣਬੀਰ ਜੀ ਮੈਂ ਚਾਹੂੰਗਾ ਆਪਾਂ ਪਹਿਲਾਂ ਡਿਸਕਸ ਕਰੀਏ। ਪਹਿਲਾ ਹੁੰਦਾ ਹੈ ਸੋਚ, ਜੇ ਆਪਾਂ ਪਹਿਲਾਂ ਪੁਆਇੰਟ ਲਿਖ ਲਈਏ, ਮੇਰਾ ਖਿਆਲ ਪਹਿਲਾ ਪੁਆਇੰਟ ਆਪਾਂ ਸੋਚਦੇ ਹਾਂ ਕਿ ਮੇਰਾ ਖਰਚਾ ਕਿੰਨਾ, ਦੂਜਾ ਆਪਾਂ ਦੇਖਦੇ ਹਾਂ ਕਿ ਮੇਰੀ ਉੱਥੇ ਆਮਦਨ ਕਿੰਨੀ, ਤੀਜੀ ਆਪਾਂ ਦੇਖਦੇ ਹਾਂ ਉੱਥੇ ਮੇਰੀ PR ਕਿੰਨੀ, ਚੌਥਾ ਉੱਥੇ ਕਿ ਮੇਰਾ ਪਰਿਵਾਰ ਜਾ ਸਕਦਾ ਕਿ ਨਹੀਂ ਜਾ ਸਕਦਾ, ਪੰਜਵੀਂ ਸੋਚ ਆਪਣੇ ਮਨ ਦੇ ਵਿੱਚ ਫੇਰ ਇਹ ਆਉਂਦੀ ਹੈ ਕਿ ਮੈਂ ਜੇ ਦੇਸ਼ ਪਰਤਣਾ ਪਿਆ ਤਾਂ ਕੀ ਕਰਕੇ ਆਵਾਂਗਾ, ਰਾਈਟ। ਸੋ ਇਹਨਾਂ ਪੰਜ ਮੁੱਦਿਆਂ ਤੇ ਮੇਰੇ ਖਿਆਲ ਆਪਾਂ ਜੇ ਕੰਪੈਰੀਜ਼ਨ ਕਰੀਏ ਤੇ ਐਲੀਜੀਬਿਲਿਟੀ ਨੂੰ ਵੀ ਪਾ ਲਈਏ, ਆਪਾਂ ਪਹਿਲਾਂ ਐਲੀਜੀਬਿਲਿਟੀ ਨੂੰ ਪੁਆਇੰਟ ਚੱਕ। ਮੈਂ ਇਸ ਚੀਜ਼ ਨੂੰ ਪਹਿਲਾਂ ਥੋੜਾ ਜਿਹਾ ਐਕਸਪਲੇਨੇਸ਼ਨ ਦੇਣੀ ਚਾਹੂੰਗਾ ਕਿ ਆਸਟ੍ਰੇਲੀਆ ਜ਼ਿਆਦਾਤਰ ਜਿਹੜਾ ਵੀ ਵਿਦਿਆਰਥੀ ਮਿਲਦਾ ਇਹ ਕਹਿੰਦਾ ਜੀ ਨਿਊਜ਼ੀਲੈਂਡ ਦੇ ਮੁਕਾਬਲੇ ਜੌਬ ਬਹੁਤ ਨੇ, ਨਿਊਜ਼ੀਲੈਂਡ ਦੇ ਮੁਕਾਬਲੇ ਆਮਦਨ, ਖਰਚਾ ਨਹੀਂ ਆਮਦਨ, ਤੇ ਉਹਦੇ ਵਿੱਚੋਂ ਫਿਰ ਜਿਹੜੀ ਖਰਚਾ ਕੱਢ ਕੇ ਇੱਕ ਬੱਚਤ ਹੁੰਦੀ ਹੈ ਉਹ ਇੱਕ ਸੈਪਰੇਟ ਇਸ਼ੂ ਹੈਗਾ। ਪਰ ਜੇ ਦੋਵੇਂ ਚੀਜ਼ਾਂ ਨੂੰ ਅਸੀਂ ਕਲੱਬ ਕਰ ਲਈਏ, ਇੱਥੋਂ ਵਿਦਿਆਰਥੀ ਜਦੋਂ ਅਪਲਾਈ ਕਰਦਾ ਤੇ PR ਮਿਲਦੀ ਹੈ, ਸਾਰੇ ਸਫ਼ਰ ਦਾ ਖਰਚਾ ਤੇ ਸਾਰੇ ਸਫ਼ਰ ਦੀ ਆਮਦਨ ਕੱਢੀ। ਰਣਬੀਰ ਜੀ, ਆਸਟ੍ਰੇਲੀਆ ਨੂੰ ਲੈ ਕੇ ਨਾ ਇੱਕ ਜਿਹੜੀ ਮੁਹਿੰਮ ਚੱਲ ਪਈ ਨਾ ਵੀ ਇੰਨੇ ਲੱਖ 'ਚ ਪਹੁੰਚੋ, ਉਹਨੇ ਬੱਚਿਆਂ ਨੂੰ ਗੁੰਮਰਾਹ ਕੀਤਾ। ਮੈਂ ਬਿਲਕੁਲ ਐਗਰੀ ਕਰਦਾ ਵੀ ਆਸਟ੍ਰੇਲੀਆ ਪਹੁੰਚਣਾ, ਮੇਰੇ ਕੋਲ ਕਾਲਜ ਹੈਗਾ ਜਿਹਦੀ ਸਾਲਾਨਾ ਫੀਸ $10,100 ਹੈ, ਸਾਲਾਨਾ ਫੀਸ, ਅੱਧੀ ਫੀਸ ਦੇਣੀ ਹੈ, ਤਕਰੀਬਨ ਇੰਸ਼ੋਰੈਂਸ ਪਾ ਕੇ $6,000 ਜਾਂ $7,000 ਇੰਸ਼ੋਰੈਂਸ ਪਾ ਕੇ ਬਣਦਾ। ਜੇ ਮੈਂ ਮਸ਼ਹੂਰੀ ਲਾਣੀ ਹੋਵੇ ਤਾਂ ਮੈਂ ਬੜੇ ਪਿਆਰ ਨਾਲ ਦੱਸਦਾ ਵੀ ₹4.25 ਲੱਖ ਚ ਆਸਟ੍ਰੇਲੀਆ ਪਹੁੰਚੇਗਾ, ਬੱਚਾ ਪਹੁੰਚੂਗਾ, ਸਭ ਕੁਝ ਜਾਊਗਾ, ਸਭ ਕੁਝ ਕਰੂਗਾ। ਬਟ ਸਵਾਲ ਇਹ ਹੈ ਕਿ ਪਹੁੰਚਣਾ ਕਿ ਉੱਥੇ ਰਹਿਣਾ, ਓਵਰਆਲ ਕੈਲਕੂਲੇਸ਼ਨ ਹੈ। ਆਪਾਂ ਨੂੰ ਅੱਜ ਐਡ ਮਿਲਦੀ ਹੈ ਕਿ ₹2,000 ਮੈਂ TV ਪਾਏ, ਬਾਕੀ ਤਾਂ ਕਿਸ਼ਤਾਂ ਆਪਾਂ ਹੀ ਦੇਣੀਆਂ, ਲੈ ਜਾਂਦਾ ਘਰੇ। ਅੱਜ ਇੱਕ ਕਾਰ ਕੰਪਨੀ ਦੀ ਐਡ ਆਉਂਦੀ ਕਿ ਕਿਸ਼ਤਾਂ ਅਗਲੇ ਸਾਲ ਦਿਓ, ਦੇਣੀਆਂ ਤਾਂ ਹੈ। ਸੋ ਇਹਨੂੰ ਆਪਾਂ ਜੇ ਕੰਪੈਰੀਜ਼ਨ ਕਰੀਏ, ਇੱਕ ਪਹਿਲਾਂ ਆਪਾਂ +2 ਪਾਸ ਬੱਚਾ ਲੈਂਦੇ, ਸਧਾਰਨ ਬੱਚਾ 2012 ਪਾਸ ਆਊਟ, 13 ਪਾਸ ਆਊਟ ਬੱਚਾ ਜਿਹੜਾ ਆਸਟ੍ਰੇਲੀਆ ਜਾਣਾ ਚਾਹੁੰਦਾ ਤੇ ਸੇਮ ਟਾਈਮ ਉਹਦੇ ਕੋਲ ਨਿਊਜ਼ੀਲੈਂਡ ਚੋਇਸ ਹੈ। ਆਸਟ੍ਰੇਲੀਆ ਦੀ ਮਿਨੀਮਮ ਫੀਸ ਜਿਹੜੀ ਚੰਗੇ ਕੁਆਲਿਟੀ ਹੈਗੀ ਹੈ, ਜੇ ਆਪਾਂ ਉਹਨੂੰ ਲਾ ਲਈਏ, ਘੱਟੋ ਘੱਟ ਇੰਸ਼ੋਰੈਂਸ ਪਾ ਕੇ $15,000 ਸਾਲਾਨਾ, ਘੱਟੋ ਘੱਟ ਰਣਬੀਰ ਜੀ, ਜਿਹੜੀ ਯੂਨੀਵਰਸਿਟੀ ਜਾ ਕੇ 20-22 ਹਜ਼ਾਰ ਹੋ ਜਾਣੀ। ਮੈਂ ਕਹਿੰਦਾ ਨੂੰ ਆਪਾਂ ਅੱਜ ਵੀ 15,000 ਹੀ ਮੰਨ ਲਈ ਇੱਕ ਮਿੰਟ ਵਾਸਤੇ, ਉਹਨੇ ਘੱਟੋ ਘੱਟ 3 ਸਾਲ ਪੜ੍ਹਨਾ ਰਣਬੀਰ ਜੀ, $45,000। ਮੈਂ ਇਹ ਕਹਿ ਰਿਹਾ, ਇਹ ਫੀਸ ਐਗਜ਼ਿਸਟ ਇੱਕ ਅੱਧੇ ਕਾਲਜ 'ਚ ਕਰਦੀ ਸਿਰਫ, ਓਵਰਆਲ ਫੀਸ ਓਵਰਆਲ 55-60 ਹਜ਼ਾਰ ਡਾਲਰ। ਸੋ ਆਪਾਂ ਜੇ ਬੱਚਿਆਂ ਨਾਲ ਜੈਨੂਇਨ ਹੋਣਾ ਤਾਂ $50,000 ਦੀ ਆਪਾਂ ਕੈਲਕੂਲੇਸ਼ਨ ਲੈ ਕੇ ਚੱਲੀਏ ਕਿ ਔਸਤਨ ਫੀਸ ਆਪਣੀ 3 ਸਾਲ ਦੀ, ਜੇ 4 ਸਾਲ ਗਏ ਹੋਰ ਰਣਬੀਰ ਜੀ, ਜੇ ਇੰਜੀਨੀਅਰਿੰਗ ਗਏ ਤਾਂ $1,00,000 ਤੋਂ ਥੱਲੇ ਨਹੀਂ ਹੈ। ਸੋ ਇੰਨਾ ਕੁ ਫੀਸਾਂ ਹੈਗੀਆਂ, 30-35 ਲੱਖ ਰੁਪਏ ਮੰਨ ਕੇ ਚੱਲੀਏ ਘੱਟੋ ਘੱਟ, ਮਤਲਬ ਇਹ ਤਾਂ ਆਪਾਂ ਮਿਨੀਮਮ ਮੰਨ ਕੇ ਚੱਲ ਸਕਦੇ ਵੀ ਇੰਨਾ ਖਰਚਾ ਆਪਣਾ 3 ਸਾਲ ਜਾਂ 4 ਸਾਲ 'ਚ ਹੈਗਾ। ਦੂਜੇ ਪਾਸੇ ਨਿਊਜ਼ੀਲੈਂਡ, ਉਹ ਆਸਟ੍ਰੇਲੀਆ 'ਚ ਖਰਚਾ ਕਿਉਂ ਵਧਿਆ ਰਣਬੀਰ ਜੀ? ਇੱਕ ਚੀਜ਼ ਸਮਝਣ ਦੀ ਲੋੜ ਹੈ, ਜਦੋਂ GTE ਪ੍ਰੋਗਰਾਮ ਆਇਆ ਉਹਨੂੰ ਲਿਆਉਣ ਦਾ ਕਾਰਨ ਕੀ ਸੀਗਾ? ਅੱਜ ਉਹਨਾਂ ਨੇ ਵੀਜ਼ੇ ਨੇ ਖੁੱਲ੍ਹ ਕੇ ਕਿਉਂ ਵੰਡੇ? 14 ਜਨਵਰੀ ਨੂੰ ਉਹਨਾਂ ਨੇ ਰੂਲ ਚੇਂਜ ਕਰਤਾ ਕਿ ਅੱਜ ਤੋਂ ਬਾਅਦ ਕਾਲਜ ਚੇਂਜ ਕਰਨੇ ਬੈਨ, ਰੋਕਤਾ ਮੁੰਡਿਆਂ ਨੂੰ, ਅੱਜ ਤੁਸੀਂ ਮਾਈਗ੍ਰੇਸ਼ਨ ਨਹੀਂ ਹੋ ਸਕਦੀ, ਕਰ ਜਾਓਗੇ ਤਾਂ ਬਾਅਦ 'ਚ ਸਵਾਲ ਪੁੱਛਣਗੇ ਔਰ ਯਕੀਨਨ ਡੀਪੋਰਟ ਕਰਨਗੇ। ਅੱਜ ਤਰੀਕਾ ਅੱਜ ਵੀ ਹੈਗਾ, ਮੈਂ ਤੋਂ ਪੁੱਛ ਲਓ, ਮੈਂ ਦੱਸ ਦਿੰਦਾ, ਫਸੋਗੇ ਤੁਸੀਂ ਹੋਈ, ਯਕੀਨਨ ਫਸੋਗੇ। ਉਹਨਾਂ ਨੇ ਕੀ ਚਾਹਿਆ ਕਿ ਇੱਕ ਬੱਚੇ ਦਾ ਸੀ ਇੰਨੇ ਲੱਖ ਡਾਲਰ ਫਿਕਸ ਕਰ ਲਏ,
ਅੱਜ ਜੇ ਇੰਡੀਆ ਚੋਂ 16,000 ਐਪਲੀਕੇਸ਼ਨ ਦੇ ਕੋਲ ਕੋਲ ਵੀਜ਼ੇ ਸੁਣਨ ਚਾਹੇ ਵੀ 16,000 ਦੇ ਕੋਲ ਐਪਲੀਕੇਸ਼ਨ ਕੱਲ ਰਾਤੀ ਮੇਰਾ ਲਾਸਟ ਵੀਜ਼ਾ ਯਕੀਨ ਮੰਨਿਓ ਝੂਠ ਵਾਲੀ ਗੱਲ ਨਹੀਂ 11:45 ਤੇ ਰਾਤੀ ਵੀਜ਼ਾ ਰਾਤ ਨੂੰ ਔਰ ਇੱਕ ਬੱਚੇ ਦੀ ਰਿਕੁਐਸਟ ਫਾਰ ਡਾਕੂਮੈਂਟ ਸੀਗੀ ਉਹਦੀ ਐਕਸਟੈਂਡਡ ਸੀਓ ਹੀ ਦੇ ਦਿਓ ਉਹ 12:15 ਦੀ ਮੇਲ ਹੈ ਸੋ ਤੁਸੀਂ ਇਹ ਲਾ ਲਓ ਮੇਰੇ ਕੋਲ ਆ ਕੇ ਚੈੱਕ ਕਰ ਸਕਦੇ ਹੋ 11:44 PM ਤੇ 12:35 AM ਰਾਤੇ ਤੱਕ ਵੀਜ਼ਾ ਵੈਸੀ ਚੱਲ ਰਹੀ ਹੈ ਪਰ ਕੰਟਰੀਜ਼ ਦੀ ਕੈਲਕੂਲੇਸ਼ਨ ਹੈ ਉਹ ਵੀ ਹੈ ਫਾਈਨੈਂਸ ਤੇ ਵੀ ਦੇਖਦੀ ਹੈ ਇਕਨੋਮੀ ਤੇ ਵੀ ਅਸਰ ਪਾਉਣਾ ਵੀ ਕਿੰਨਾ ਬੱਚਾ ਜਿਹੜਾ ਬੱਚਾ $35,000-$40,000 ਦੇ ਕੇ $50,000-$50,000 ਦੇ ਕੇ ਬੱਚਾ ਜਾ ਰਿਹਾ ਦੂਜੇ ਪਾਸੇ ਨਿਊਜ਼ੀਲੈਂਡ ਦੇ ਵਿੱਚ ਉਹ ਬੱਚਾ ਜਿਸ ਸੇਮ ਕੰਪੈਰੀਜ਼ਨ ਕਰੀ ਬਿਜ਼ਨਸ ਦਾ ਤਾਂ ਸਿਰਫ $21,000 ਦੇ ਰਿਹਾ ਜਾਂ $22,000 ਟੋਟਲ ਦੇ ਰਿਹਾ ਸੋ $22,000 ਨੂੰ ਆਪਾਂ 50 ਰੁਪਏ ਨਾਲ ਵੀ ਨਿਊਜ਼ੀਲੈਂਡ ਤੋਂ ਕਰ ਲਈ ਟੋਟਲ 11-12 ਲੱਖ ਰੁਪਏ ਆ ਰਹੇ ਤੁਹਾਡੀ ਫੀਸ ਆਪਾਂ ਕਹਿੰਦੇ ਵੀ ਆਸਟ੍ਰੇਲੀਆ 'ਚ ਕਮਾਈ ਬਹੁਤ ਜ਼ਿਆਦਾ ਆਪਣਾ ਪਹਿਲਾ ਫੋਕਸ ਹਾਲਾਂਕਿ 18-20 ਲੱਖ ਰੁਪਏ ਦਾ ਫਰਕ ਤਾਂ ਪੈ ਗਿਆ ਰਮੀ 'ਚ ਜ਼ਿਆਦਾ ਜੇ ਆਪਾਂ ਬਿਜ਼ਨਸ ਟੂ ਬਿਜ਼ਨਸ ਕੰਪੈਰੀਜ਼ਨ ਕਰੀਏ ਬਿਜ਼ਨਸ ਦੀ ਫੀਸ ਉੱਥੇ ਜਿਹੜੇ ਆਪਾਂ ਕੋਰਸਿਸ ਨਿਊਜ਼ੀਲੈਂਡ ਦੀ ਗੱਲ ਕਰ ਰਹੇ ਹਾਂ ਉਹ ਆਪਾਂ 2 ਸਾਲ ਨੂੰ ਕੰਪੇਅਰ ਕਰਦੇ ਆਪਾਂ 4 ਸਾਲ ਨੂੰ ਵੀ ਕੰਪੇਅਰ ਨਹੀਂ ਕਰਦੇ ਆਪਾਂ ਬੱਚਿਆਂ ਨੂੰ ਹੋਰ ਐਡਵਾਂਟੇਜ ਦਿੰਦੇ ਹਾਂ 2 ਸਾਲ 'ਚ ਵੀ ਇੱਥੇ $21,000 ਫੀਸ ਹੈ ਉੱਥੇ 2 ਸਾਲ ਦੀ ਫੀਸ ਵੀ ਘੱਟੋ ਘੱਟ $35,000-$40,000 ਹੈ ਸੋ ਉੱਥੇ ਵੀ ਦੂਣੋ ਦੂਣ ਦਾ ਫਰਕ ਹੈ ਜੇ ਆਪਾਂ 3 ਸਾਲਾਂ ਦੀ ਫਿਰ ਧੱਕਾ ਨਹੀਂ ਗਈ ਸੋ ਕੀ ਆਪਾਂ ਇੰਨਾ ਵੱਖਰਾ ਪੈਸਾ ਕਮਾਉਂਦੇ ਹਾਂ ਇੰਨੇ ਘੰਟੇ ਆਪਾਂ ਨੂੰ ਕੰਮ ਕਰਨਾ ਅਲਾਊਡ ਹੈ ਇੰਨੇ ਘੰਟੇ ਵੇਜ ਰੇਟ ਦਾ ਫਰਕ ਹੈਗਾ ਕਿ ਆਪਾਂ ਇਹ ਪੈਸੇ ਕੱਢ ਜਾਂਗੇ 20 ਘੰਟੇ ਉੱਤੇ ਨੇ ਉਹਨਾਂ ਦਾ ਵੇਜਸ ਰੇਟ ਹੈ ਰਮੀਰ ਜੀ ਮੈਂ ਥੋੜਾ ਜਿਹਾ ਆਸਟ੍ਰੇਲੀਆ 'ਚ 15 ਦੀ ਥਾਂ 17 ਮਿਲ ਜਾਂਦਾ ਹੋਊਗਾ 16 ਦੀ ਥਾਂ 18 ਮਿਲ ਜਾਂਦਾ ਹੋਊਗਾ ਨਿਊਜ਼ੀਲੈਂਡ 15 ਮਿਲ ਜਾਂਦਾ ਹੋਊਗਾ ਇਹ ਕੈਲਕੂਲੇਸ਼ਨ ਕਰ ਲਓ ਪਰ ਸਾਰੀ ਜਿਹੜੀ ਕੈਲਕੂਲੇਸ਼ਨ ਹੈ ਪਹਿਲੇ ਦਿਨ ਤੋਂ ਲੈ ਕੇ 3 ਸਾਲਾਂ ਤੱਕ ਸਟੱਡੀ ਜਿਹੜੀ ਵੱਧ ਤੋਂ ਵੱਧ ਸਟੱਡੀ ਹੈਗੀ ਹੈ ਉਧਰ ਆਪਣਾ ਆਸਟ੍ਰੇਲੀਆ 'ਚ 3 ਸਾਲ ਦੀ ਹੈ ਘੱਟੋ ਘੱਟ ਬੇਰਮ ਘੱਟੋ ਘੱਟ ਜਿਹੜੀ ਨਿਊਜ਼ੀਲੈਂਡ 'ਚ ਉਹ 2 ਸਾਲ ਦੀ ਉਸ ਤੋਂ ਬਾਅਦ ਫੁੱਲ ਟਾਈਮ ਵਰਕ ਪਰਮਿਟ ਹੋ ਜਾਂਦਾ ਬਿਲਕੁਲ ਹੁੰਦਾ ਉਧਰ ਕਮਾਈ ਵੱਧ ਗਈ 1 ਸਾਲ ਦੀ ਤੇ ਪਿੱਛੇ 3 ਸਾਲ ਦਾ ਜਿਹੜਾ ਖਰਚਾ ਉਹਦੇ 'ਚ ਵੀ 15-18 ਲੱਖ ਰੁਪਏ ਦਾ ਡਿਫਰੈਂਸ ਆ ਗਿਆ 3 ਸਾਲਾਂ ਦੇ ਵਿੱਚ ਵਿਦਿਆਰਥੀ ਨੇ ਫੀਸ ਭਰੀ ਕਮਾਈ ਕੀਤੀ ਤੁਹਾਨੂੰ ਕੀ ਲੱਗਦਾ ਕਿ 20 ਲੱਖ ਦਾ ਪਾੜਾ ਜਿਹੜਾ ਹੈਗਾ ਇਹ ਪੂਰਾ ਹੋ ਸਕਦਾ ਰਮੀਰ ਜੀ 20 ਲੱਖ ਦਾ ਪਾੜਾ ਜੇ ਘਰੋਂ 10-20 ਲੱਖ ਹੋਰ ਮੰਗਾਲੇ ਤੇ ਵਪਾਰ ਸ਼ੁਰੂ ਹੋ ਜਾਂਦਾ ਜਿਹੜੀ ਤੁਸੀਂ ਪਹਿਲਾਂ ਗੱਲ ਕਹਿੰਦੇ ਹੁੰਦੇ ਵੀ ਸਾਨੂੰ ਪੰਜਾਬ ਵਾਲਿਆਂ ਨੂੰ ਨੌਕਰੀ ਤੋਂ ਪਰੇ ਵੀ ਸੋਚਣਾ ਪੈਣਾ ਸਾਨੂੰ ਕੱਲੇ ਡਾਲਰ ਟੈਕਸੀ ਤੋਂ ਉੱਪਰ ਵੀ ਸੋਚਣਾ ਪੈਣਾ ਸੋ ਉਹ ਪਾੜਾ ਵੀ ਨਹੀਂ ਪੂਰਾ ਨਾ ਨੰਬਰ ਦੂਜਾ ਰਮੀਰ ਜੀ ਦੂਜੇ ਪੁਆਇੰਟ ਤੇ ਜਿਹੜਾ ਆਪਾਂ ਟਿੱਪਣੀ ਸ਼ੁਰੂ ਕੀਤੀ ਸੀਗੀ ਕਿ ਪਾਲਿਸੀ ਆਸਟ੍ਰੇਲੀਆ ਕਹਿੰਦਾ ਜੈਨੂਇਨ ਟੈਂਪਰੇਰੀ ਐਂਟਰੈਂਟ ਆਓ ਪੜੋ ਦੇਖਾਂਗੇ ਰਾਈਟ ਤੁਸੀਂ ਹਰ ਬੱਚਾ ਇੰਟਰਵਿਊ 'ਚ ਇਹੀ ਕਹਿੰਦਾ ਕਿ ਮੈਂ ਵਾਪਸ ਦੇਸ਼ ਪਰਤਾਂਗਾ ਪਰਤਣਾ ਪੈਣਾ ਉਹਦੀ ਪਾਲਿਸੀ ਹੈ ਨਿਊਜ਼ੀਲੈਂਡ ਕਹਿੰਦਾ ਸਟੱਡੀ ਵਰਕ ਐਂਡ ਸੈਟਲ ਆਓ ਪੜੋ ਕੰਮ ਕਰੋ ਦੇਖਾਂਗੇ ਪੱਕੇ ਕਰਾਂਗੇ ਉਹ ਦੁਬਾਰਾ ਆਈਲਟਸ ਨਹੀਂ ਲੈਂਦਾ ਉਹ ਦੁਬਾਰਾ ਤੋਂ ਕੋਈ ਦਸਤਾਵੇਜ਼ ਨਹੀਂ ਮੰਗਦਾ ਸੋ ਇੱਕ ਇਧਰ ਪੀਐਸਡਬਲਯੂ ਤੋਂ ਬਾਅਦ 6 ਬੈਂਡ ਚਾਹੀਦੇ ਪੀਐਸਡਬਲਯੂ ਸਾਡੇ ਜਿਹੜੇ ਥੱਲੇ ਦਾ ਕੰਮ ਹੀ ਨਹੀਂ ਸ਼ੁਰੂ ਹੋਣਾ ਕਈ ਆਕੂਪੇਸ਼ਨ 7 ਥੱਲੇ ਨਹੀਂ ਕੰਮ ਹੋਣਾ ਜਿਵੇਂ ਅਕਾਊਂਟੈਂਸੀ ਦੇ ਬੱਚੇ ਜਾ ਰਹੇ ਨੇ ਉਹਨਾਂ 7 ਬੈਂਡ ਲੈਣੇ ਪੈਣੇ ਆ ਆਟੋਮੋਟਿਵ ਦਾ ਬੱਚਾ ਜਾ ਰਿਹਾ ਉਹਨਾਂ 6.5 ਬੈਂਡ ਲੈਣੇ ਪੈਣੇ ਚਾਹੇ ਸਟੇਟ ਨੋਮੀਨੇਸ਼ਨ ਲਵੇ ਜਾਂ ਜਿਹੜੀ ਮਰਜ਼ੀ ਲਵੇ ਪਰ ਰਣਵੀਰ ਜੀ ਕਾਰਨ ਕੀ ਹੈ ਜਿਹੜੀ ਆਪਾਂ ਗੱਲ ਕਰ ਰਹੇ ਵੀ ਇੰਨੇ ਲੱਖ ਰੁਪਏ 'ਚ ਆਸਟ੍ਰੇਲੀਆ ਪਹੁੰਚੋ ਦੂਜੀ ਗੱਲ ਜੇ ਉੱਥੇ ਆਪਾਂ ਦੇਖੀਏ ਵੀ ਅੱਜ ਹਾਲਾਂਕਿ ਜਿਹੜਾ ਮਾਰਚ ਦੇ ਵਿੱਚ ਚੇਂਜਸ ਆ ਰਹੇ ਯੂਨੀਵਰਸਿਟੀ ਥਾਂ ਦੇ ਬੱਚਾ ਕਾਲਜ 'ਚ ਵੀ ਪੜ੍ਹ ਲੂਗਾ ਟੇਫ ਕਾਲਜਸ ਨੂੰ ਜਾਂ ਕੁਝ ਕਾਲਜਸ ਨੂੰ ਪੜ੍ਹਾਉਣ ਦੇ ਅਖਤਿਆਰਾਤ ਮਿਲ ਗਏ ਨੇ ਬਟ ਕੀ ਆਪਾਂ ਉਸ ਪੱਧਰ ਦੀ ਪੜ੍ਹਾਈ ਕਰ ਸਕਦੇ ਹਾਂ ਰਣਵੀਰ ਜੀ ਤਰਾਸ ਦੀ ਕੀ ਹੈ ਅੱਜ ਪੰਜਾਬ ਦਾ 90% ਬੱਚਾ ਆਸਟ੍ਰੇਲੀਆ 'ਚ ਇੱਕ ਕੋਰਸ 'ਚ ਜਾ ਰਿਹਾ ਜਿਹੜਾ ਕਿ ਬਿਜ਼ਨਸ ਹੈ ਜਾਂ ਆਈਟੀ ਹੈ ਕੀ ਇੰਨੀਆਂ ਨੌਕਰੀਆਂ ਹੈਗੀਆਂ ਨੇ ਕੀ ਆਪਾਂ ਉਸ ਕਾਬਲ ਹਾਂ ਦੂਜੇ ਪਾਸੇ ਨਿਊਜ਼ੀਲੈਂਡ ਵਰਗਾ ਮੁਲਕ ਜਿਹੜਾ ਹੈਗਾ ਉਹ ਕੁੱਕਰੀ ਡੇਰੀ ਬਿਜ਼ਨਸ ਡੇਰੀ ਫਾਰਮਿੰਗ ਹਸਪਿਟੈਲਿਟੀ ਤੇ ਤਰ੍ਹਾਂ ਤਰ੍ਹਾਂ ਦੀਆਂ ਚੋਇਸਿਸ ਇੰਜੀਨੀਅਰਿੰਗ ਨੂੰ ਲੈ ਕੇ ਸਿਵਲ ਮਕੈਨੀਕਲ ਇਲੈਕਟ੍ਰੋਨਿਕ ਹਰ ਤਰੀਕੇ ਦੀ ਚੋਇਸ ਤੁਹਾਨੂੰ ਦਿੰਦਾ ਔਰ ਨਿਊਜ਼ੀਲੈਂਡ ਨੇ ਬੜੀ ਕਲੀਅਰਲੀ ਲਿਸਟਾਂ ਬਣਾਤੀਆਂ LTSSL ISSL ਕੈਂਟਰਬਰੀ ਸਕਿੱਲ ਲਿਸਟ ਸੋ ਉੱਥੇ PR ਦੇ ਪੁਆਇੰਟ ਉਹ ਅੱਜ ਵੀ ਕੈਲਕੂਲੇਟ ਕਰ ਸਕਦੇ ਹੋ ਕਿ ਮੇਰੀ PR ਦੇ ਪੁਆਇੰਟ ਇਹ ਬਣਨਗੇ ਮੇਰੇ ਇੰਨਾ ਹੋਊਗਾ ਇੰਨਾ ਨਹੀਂ ਹੋਊਗਾ ਸੋ ਇਹਨਾਂ ਚੀਜ਼ਾਂ ਨੂੰ ਜੇ ਆਪਾਂ ਰੱਖੀਏ ਤਾਂ ਇੱਕ ਬੜਾ ਟਫ ਕੰਪੈਰੀਜ਼ਨ ਹੈ ਹਾਂ ਸਿਰਫ ਇਹ ਹੈ ਵੀ ਆਸਟ੍ਰੇਲੀਆ ਦੇ ਵਿੱਚ ਥੋੜਾ ਜਿਹਾ ਗੈਪ ਐਕਸੈਪਟ ਈਜ਼ੀਲੀ ਹੋ ਜਾਂਦਾ ਜਾਂ ਬੱਚੇ 5 ਬੈਂਡ ਦੇ ਜਾਣ ਦੇ ਦੌਰ ਤੇ ਲੱਗ ਗਏ ਸੀਗੇ ਬਾਕੀ ਦੇ ਜਿਹੜੇ ਮੁੱਦੇ ਨੇ ਠੀਕ ਹੈ ਤੁਹਾਨੂੰ ਤੁਸੀਂ ਬਹੁਤ ਵਧੀਆ ਪੁਆਇੰਟ ਉਠਾਇਆ ਪਰ ਮੇਰੇ ਮਨ 'ਚ 3-4 ਹੋਰ ਮੁੱਦੇ ਨੇ ਪੋਲੂਸ਼ਨਸ ਕ੍ਰਾਈਮ ਫਿਊਚਰ ਫੈਮਿਲੀ ਲੈ ਕੇ ਜਾਣਾ ਬੱਚਿਆਂ ਦੀ ਸਿਕਿਉਰਿਟੀ ਕਿਹੜੇ ਦੇਸ਼ ਦੇ ਵਿੱਚ ਜ਼ਿਆਦਾ ਦੇਖ ਰਮੀ ਜੀ ਜੇ ਆਪਾਂ ਕਲਾਈਮੇਟ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਕਿਤੇ ਹਾਈ ਸਕੋਰ ਕਰਦਾ ਹੈ ਪੋਲੂਸ਼ਨ ਉੱਥੇ ਐਗਜ਼ਿਸਟ ਨਹੀਂ ਕਰਦੀ ਜਿਹੜਾ ਤੁਸੀਂ ਇੱਕ ਪੁਆਇੰਟ ਚੁੱਕਿਆ ਨਾ ਫੈਮਿਲੀ ਵਾਲਾ ਉਹ ਬਹੁਤ ਵੱਡਾ ਹੈ ਆਖਿਰਕਾਰ ਸਾਡੇ ਮਾਂ ਪਿਓ ਸਾਡੇ ਤੇ ਸਾਰਾ ਪੈਸੇ ਲਾਉਂਦੇ ਰੀਝਾਂ ਹੁੰਦੀਆਂ ਅਸੀਂ ਉੱਥੇ ਮਾਂ ਪਿਓ ਨੂੰ ਰਜਾਈ ਨਾਲ ਜਾਈਏ ਪਰ ਲਿਜਾਣ ਦਾ ਰਸਤਾ ਹੋਣਾ ਚਾਹੀਦਾ ਸਾਡੇ ਮਾਂ ਪਿਓ ਉੱਥੇ ਰਹਿਣਾ ਚਾਹਣ ਜਾਂ ਨਾ ਚਾਹਣ ਪਰ ਤਰੀਕਾ ਹੋਣਾ ਚਾਹੀਦਾ ਨਿਊਜ਼ੀਲੈਂਡ ਕਲੀਅਰ ਕਹਿੰਦਾ ਵੀ ਤੁਹਾਡਾ ਆਹ ਲੈਵਲ ਆਫ ਇਨਕਮ ਹੈ ਤੁਸੀਂ ਆਪਦੇ ਪੇਰੈਂਟਸ ਨੂੰ ਸਪਾਂਸਰ ਕਰ ਸਕਦੇ ਆਸਟ੍ਰੇਲੀਆ 'ਚ ਇੱਕ ਬਹੁਤ ਲੰਬੀ ਲਾਈਨ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਪੇਡ ਸਿਸਟਮ ਰੱਖਿਆ ਵੀ $1,00,000 ਜਮ੍ਹਾਂ ਕਰਾ ਦਿਓ ਤੇ ਮਾਪੇ ਨੂੰ ਨਹੀਂ ਦੇ ਲਈ ਬਲੋ ਇੰਸ਼ੋਰੈਂਸ ਜਾਂ ਹੈਲਥ ਰਾਈਟਸ 65 ਲੱਖ ਰੁਪਏ ਲੱਗ ਜਾਂਦਾ ਹੈ ਸੁਣਨ ਚ ਸੁਣਨ ਚ ਹਾਂ 50 60 ਲੱਖ ਰੁਪਏ ਤਕਰੀਬਨ ਲੱਗਦਾ ਆ ਇੰਨੇ ਚ ਵਪਾਰ ਸ਼ੁਰੂ ਹੁੰਦਾ ਹੈ ਵਪਾਰ ਸ਼ੁਰੂ ਹੁੰਦਾ ਪਲੱਸ ਦੂਜੀ ਜਿਹੜੀ ਗੱਲ ਮੇਜਰ ਆਂਦੀ ਜਿਹੜੀ ਕ੍ਰਾਈਮ ਵਾਲੀ ਗੱਲ ਕੀਤੀ ਨਿਊਜ਼ੀਲੈਂਡ ਦੇ ਵਿੱਚ ਬਹੁਤ ਸ਼ਾਂਤੀ ਪ੍ਰੀਏ ਮਾਹੌਲ ਆਸਟ੍ਰੇਲੀਆ 'ਚ ਵੀ ਮੈਂ ਆਸਟ੍ਰੇਲੀਆ ਨੂੰ ਨਹੀਂ ਕਹਿੰਦਾ ਵੀ ਉੱਥੇ ਕ੍ਰਾਈਮ ਬਹੁਤ ਹੈ ਜਾਂ ਕੀ ਹੈ ਉੱਥੇ
ਹੁਣ ਜੇ ਆਪਾਂ ਆਸਟ੍ਰੇਲੀਆ ਦੀ ਵੀ ਗੱਲ ਕਰੀਏ ਰਮੀਰ ਜੀ, ਆਪਾਂ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਖਿਆਲ ਹੁਣ ਥੋੜ੍ਹੀ ਦੇਰ ਪਹਿਲਾਂ ਤੁਹਾਡੇ ਸਾਹਮਣੇ ਬੱਚੇ ਦਾ ਫੋਨ ਆਇਆ ਸੀ ਜਿਹੜਾ ਕਹਿੰਦਾ ਕਿ ਮੈਨੂੰ 2-2.5 ਡਾਲਰ ਮਹੀਨੇ 'ਚ ਰਹਿ ਰਿਹਾ, ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਵੀ ਅੱਗੇ ਕਲਾਸੀਫਿਕੇਸ਼ਨ ਆ ਜਾਂਦੀਆਂ, ਮੈਂ ਸਿਡਨੀ ਜਾ ਰਿਹਾ, ਮੈਂ ਬ੍ਰਿਸਬਨ ਜਾ ਰਿਹਾ, ਮੈਂ ਮੈਲਬਨ ਜਾ ਰਿਹਾ, ਮੈਂ ਪਰਥ ਜਾ ਰਿਹਾ, ਜਿੰਨਾ ਛੋਟਾ ਸ਼ਹਿਰ 1900 ਕੀ ਲਵੇ। ਔਰ ਨਿਊਜ਼ੀਲੈਂਡ ਦੀ ਜੇ ਆਪਾਂ ਗੱਲ ਕਰੀਏ ਲਿਵਿੰਗ ਕਾਸਟ ਪੱਖੋਂ ਕੁਆਲਿਟੀ ਸਟੈਂਡਰਡਸ ਵੱਲੋਂ ਕਿਤੇ ਨਾ ਕਿਤੇ ਬਹੁਤ ਲੋ ਹੈ। ਦੂਜੀ ਨਿਊਜ਼ੀਲੈਂਡ ਦੀ ਇੱਕ ਐਡਵਾਂਟੇਜ ਜਿਹੜੀ ਸਭ ਤੋਂ ਵੱਡੀ ਹੈਗੀ ਹੈ ਕਿ ਤੁਹਾਡਾ ਜਿਹੜਾ ਪਾਰਟਨਰ ਜਾਂਦਾ ਹੈ ਜਾਂ ਕੱਲ ਨੂੰ ਆਉਂਦਾ ਹੈ, ਬੱਚਿਆਂ ਦੀ ਸੈਟਲਮੈਂਟ, ਫੈਮਿਲੀ ਬੁਲਾਉਣੀ, ਮਾਂ ਬਾਪ ਬੁਲਾਉਣੇ, ਜਾਂ ਪਹਿਲੇ ਮੁੜ ਤੇ ਜਿਹਨੂੰ ਗੱਲ ਕਹਿੰਦੇ PR ਲੈਣੀ, ਕਿਤੇ ਨਾ ਕਿਤੇ ਜ਼ਿਆਦਾ ਸੁਖਾਲੀ ਹੈ। ਜਿਹੜੀ ਨਵਨੀਤ ਜੀ ਨੇ ਕੰਪੈਰੀਜ਼ਨ ਕਰਕੇ ਦੱਸਿਆ ਇਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਨਿਊਜ਼ੀਲੈਂਡ ਪ੍ਰਮੋਟ ਕਰ ਰਹੇ ਹਾਂ, ਵਿਦਿਆਰਥੀਆਂ ਦੇ ਸਾਨੂੰ ਕਈਆਂ ਦੇ ਸਵਾਲ ਆਏ ਸੀ, ਇੱਕ ਸ਼ੋਅ ਵੀ ਅਸੀਂ ਪਹਿਲਾਂ ਵੀ ਆਰਗੇਨਾਈਜ਼ ਕੀਤਾ ਸੀ ਕਿਸੇ ਐਕਸਪਰਟਸ ਦੇ ਨਾਲ, ਥੋੜ੍ਹੀ ਜਿਹੀ ਗੱਲ ਕੀਤੀ ਸੀ ਉਹ 'ਚ, ਉਸ ਤੋਂ ਬਾਅਦ ਵਿਦਿਆਰਥੀਆਂ ਦੀ ਫੀਡਬੈਕ ਆਈ ਕਿ ਨਿਊਜ਼ੀਲੈਂਡ ਦੇ ਐਡਵਾਂਟੇਜ ਔਰ ਡਿਸਐਡਵਾਂਟੇਜ, ਆਸਟ੍ਰੇਲੀਆ ਦੇ ਐਡਵਾਂਟੇਜ ਔਰ ਡਿਸਐਡਵਾਂਟੇਜ, ਦੋ ਚੀਜ਼ਾਂ ਦੱਸੀਆਂ ਨੇ। ਜਿਹੜੇ ਤੁਸੀਂ 3 ਮੁੱਦੇ ਦੱਸੇ ਸੀ, ਖਰਚਾ ਉਹ 'ਚ ਨਿਊਜ਼ੀਲੈਂਡ ਬੈਟਰ ਹੈ, ਆਮਦਨ ਉਧਰ ਜ਼ਿਆਦਾ ਹੈ ਆਸਟ੍ਰੇਲੀਆ 'ਚ, ਪਰ ਜਦੋਂ ਅਸੀਂ ਉਹਨੂੰ ਜਿਵੇਂ ਹਿਸਾਬ ਲਈਏ ਪਾਣੀ ਵਾਲਾ ਲਾਈਏ ਤਾਂ 20 ਲੱਖ ਰੁਪਏ ਦਾ ਲਾਸ ਹੈ ਆਸਟ੍ਰੇਲੀਆ ਵਾਲੇ ਬੱਚੇ ਪਹਿਲੇ ਦਿਨ ਤੋਂ 3 ਸਾਲਾਂ 'ਚ 20 ਲੱਖ ਰੁਪਏ ਦਾ ਲਾਸ ਹੈ। ਫਿਰ PR ਦਾ ਮੁੱਦਾ ਅੱਗੇ ਖੜ ਗਿਆ, ਤੇ PR ਦੀ ਜਿਹੜੀ ਸਿਸਟਮ ਹੈਗਾ 6 ਬੈਂਡ ਕਿੰਨੇ 6.5 ਬੈਂਡ ਜੀ, ਪਹਿਲੇ ਦਿਨ ਤਾਂ ਉਹਨਾਂ ਦੀ ਪਾਲਿਸੀ ਕਹਿੰਦੀ ਵੀ PR ਹੈ ਹੀ ਨਹੀਂ। ਜੇ ਆਪਾਂ ਉਸ ਪਾਸੇ ਗੱਲ ਕਰੀਏ ਉਹ ਗ੍ਰੇ ਏਰੀਆ ਹੈ, ਤੁਸੀਂ ਕੋਈ ਜਿਹੜਾ ਵੀਜ਼ਾ ਅਫਸਰ ਨੂੰ ਕਹਿ ਦਿਓ ਇੰਟਰਵਿਊ 'ਚ ਕਿ ਮੈਂ PR ਲਊਂਗਾ, ਮੈਂ ਤਾਂ ਨਹੀਂ ਕਹਿੰਦਾ ਕੋਈ ਬੱਚਾ ਕਹਿ ਸਕਦਾ PR ਲਊਂਗਾ, ਮੈਂ ਤਾਂ ਬੱਚਿਆਂ ਨੂੰ ਕਹਿ ਕੇ ਜਾਂਦਾ ਹੁੰਦਾ ਵੀ ਤੂੰ PR ਵਾਲੇ ਪਾਸੇ ਬਹੁਤ ਸੁਪਨੇ ਨਾਲ ਪੜਾ ਪੜਨ ਚੱਲਣ, ਉਸ ਤੋਂ ਬਾਅਦ 2 ਸਾਲ ਦਾ ਕੰਮ ਹੈ, ਗਾਹਾਂ ਦੀ ਗਾਹਾਂ ਸੋਚੀ। ਅਗਲਾ ਮੁੱਦਾ ਫਿਰ ਆ ਜਾਂਦਾ ਜਿਹੜਾ ਅਸੀਂ 5ਵਾਂ ਪੁਆਇੰਟ ਲਿਖਿਆ ਸੀ, ਜੇ ਵਾਪਸ ਆਉਂਦਾ ਬੱਚਾ, ਸਕਿਲਡ ਪੜ੍ਹਾਈ ਨਹੀਂ ਹੈ ਆਸਟ੍ਰੇਲੀਆ 'ਚ, ਟ੍ਰੇਡ ਲਿਸਟ ਬਹੁਤ ਘੱਟ ਹੈ। ਜਦੋਂ ਅਸੀਂ ਇੱਧਰ ਗੱਲ ਕਰਦੇ ਹਾਂ ਡੇਅਰੀ ਦੀ ਗੱਲ ਕਰਦੇ ਹਾਂ, ਕੁੱਕਰੀ ਦੀ ਗੱਲ ਕਰਦੇ ਹਾਂ, ਕਿਸੇ ਵੀ ਗੁੱਡ ਮੈਨੂਫੈਕਚਰ ਦੀ ਕਰਦੇ ਹਾਂ, ਉਹ ਸੇਮ ਟੂ ਸੇਮ ਕੋਰਸਸ, ਸੇਮ ਟੂ ਸੇਮ ਹੱਬ, ਸੇਮ ਟੂ ਸੇਮ ਇੰਪਲਾਈ ਜੋਬਸ, ਉਹ ਪੰਜਾਬ 'ਚ ਨੇ। ਪਰ ਜਦੋਂ ਅਸੀਂ ਉੱਧਰ ਗੱਲ ਕਰਦੇ ਹਾਂ ਜਿਹੜੀ ਡਿਗਰੀ ਕਰਾਂਗੇ ਅਸੀਂ ਉਹਦੀ ਵੈਲਿਊ, ਇਹ ਨਹੀਂ ਕਿ ਵੈਲਿਊ ਨਹੀਂ ਹੈ, ਪਰ ਸਕਿਲਡ ਕੀ ਹੈ, ਹੱਥਾਂ ਦੀ ਸ਼ਬਦ ਕੀ ਹੋਈ। ਮੈਂ ਤੁਹਾਨੂੰ ਇੱਕ ਗੱਲ ਬੜੀ ਕਲੀਅਰ ਕਹਿਣਾ, ਅੱਜ ਮੈਂ ਸ਼ੋਅ ਕਰ ਰਿਹਾ ਹਾਂ 2014 ਦੀ ਫਰਵਰੀ ਦੇ ਵਿੱਚ, ਇਹ ਮੇਰਾ ਸ਼ੋਅ 2015 ਫਰਵਰੀ 'ਚ ਲਾ ਕੇ ਯੂਟਿਊਬ 'ਤੇ 16 'ਚ ਦੇਖ ਲਿਓ, ਮੈਂ ਇੱਕ ਗੱਲ ਕਹਿ ਕੇ ਜਾ ਰਿਹਾ, 60% ਬੱਚਾ ਡਿਗਰੀ ਕੰਪਲੀਟ ਨਹੀਂ ਕਰ ਸਕੇਗਾ ਪੰਜਾਬ ਦਾ, ਜਿੱਡੇ ਕੁ ਪੜ੍ਹਾਈ ਦੇ ਪੱਧਰ ਨੇ। ਮੈਂ ਇਹ ਗੱਲ ਅੰਦਰੋਂ ਜਾਣਦਾ, ਜਿਹੜੀ ਯੂਨੀਵਰਸਿਟੀਆਂ 'ਚ ਬੱਚੇ ਜਾ ਰਹੇ ਨੇ ਮੁੜ ਕੇ ਉਹਨਾਂ ਯੂਨੀਵਰਸਿਟੀਆਂ 'ਚੋਂ ਪਾਸ ਹੋਣਾ ਲੋਹੇ ਦੇ ਚਣੇ ਚਬਾਨ ਨਾਲੋਂ ਵੀ ਔਖਾ ਰਣਵੀਰ ਜੀ, ਪੜ੍ਹਾਈ ਦੇ ਪੱਧਰ ਇੱਥੇ ਨੇ, ਇੱਥੇ ਆਪਾਂ ਉਰੇ ਬੈਠੇ ਆ, ਐਡਾ ਪਾੜਾ ਹੈ, ਇਹ ਪਾੜਾ ਪਾਰ ਕਰਨਾ ਬਹੁਤ ਔਖਾ ਹੋਣਾ। ਸੋ ਇਸ ਕੀ ਹੋਏਗਾ ਜਿਹੜਾ ਪਹਿਲੇ ਸਾਲ ਹੀ ਫੇਲ ਹੋ ਗਿਆ, ਰਮੀਰ ਜੀ ਵਾਪਸ ਆਣਗੇ ਜਾਂ ਚੇਂਜਸ ਕਰਨਗੇ, ਐਕਸਟੈਂਸ਼ਨਸ ਪਾਣਗੇ, ਇੱਕ ਜਿਹੜੀ ਜ਼ਿੰਦਗੀ ਟਰੈਕ ਤੇ ਚੱਲ ਸਕਦੀ ਹੈ, ਆਪਾਂ ਉਹਨੂੰ ਟਰੈਕ ਤੋਂ ਲਾ ਕੇ ਹੇਠਾਂ ਸੁੱਟ ਕੇ ਫਿਰ ਜੁਗਾੜ ਲੱਭਾਂਗੇ। ਇੱਕ ਪੰਜਾਬ 'ਚ ਕੀ ਹੋ ਰਿਹਾ ਅੱਜ ਵੀ ਲੋਕਾਂ ਦੇ ਮਨ 'ਚ ਆ ਰਿਹਾ ਵੀ ਚੱਲ ਇੱਕ ਵਾਰੀ ਭੇਜਤਾ ਬਾਕੀ ਆਪੇ ਕਰ ਲੂਗਾ, ਇੰਨਾ ਸੌਖਾ ਨਹੀਂ ਹੈ। ਦੂਜੀ ਜਿਹੜੀ ਆਪਾਂ ਇੱਕ ਵੱਡਾ ਫੈਕਟਰ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚ ਲੈਂਦੇ ਹਾਂ, ਉਹ ਇਹ ਲੈਂਦੇ ਹਾਂ ਕਿ ਜਿਹੜੀ ਉੱਥੇ ਤੁਹਾਡੀ ਇਨਕਮ ਹੈ, ਜਿਹੜੀ ਰਣਵੀਰ ਜੀ ਨੇ ਪਹਿਲਾਂ ਗੱਲ ਕੀਤੀ, ਉਹ ਪਹਿਲੇ ਦਾ ਫਰਕ ਤਾਂ ਹੈ ਹੀ ਹੈ, ਫਿਰ ਇਨਕਮ ਵਰਸਿਸ ਐਕਸਪੈਂਡੀਚਰ ਦਾ ਫਰਕ ਵੀ ਲਾ ਲਓ ਵੀ ਲਾਉਂਗੇ ਕਿੰਨੇ, ਕਰੋਗੇ ਕਿੰਨੇ, ਕਿੰਨੇ ਪੱਟ ਰਹੇ, ਉਹ ਤਾਂ ਪੁੱਛਦੇ ਨੇ ਆਸਟ੍ਰੇਲੀਆ ਵਾਲੇ, ਤਾਂ ਪੁੱਛਦੇ ਨੇ ਤੁਹਾਡੀ ਇਨਵੈਸਟਮੈਂਟ ਜਿਹੜੀ ਤੁਸੀਂ ਕਰ ਰਹੇ ਹੋ ਕਿੰਨੀ ਕੁ ਇਹ ਸਹੀ ਹੈ, ਕਿੰਨੀ ਫਰੂਟਫੁਲ ਹੈਗੀ ਹੈ, ਤੁਹਾਨੂੰ ਇਸ ਚੀਜ਼ ਦੇ ਬਾਰੇ ਪਤਾ ਵੀ ਹੈ, ਕਿੰਨਾ ਇਲਮ ਹੈ ਤੁਹਾਨੂੰ। ਹਾਂ, ਇਹ ਸਾਰੀਆਂ ਚੀਜ਼ਾਂ ਜਿਹੜੀ ਪੁੱਛਦੇ ਨੇ। ਜਿਹੜਾ ਆਪਾਂ ਪੁਆਇੰਟ ਹੁਣ ਉਠਾਇਆ ਸੀਗਾ ਉਹਦੇ ਨਾਲ ਬਹੁਤ ਸਾਰੇ ਵਿਦਿਆਰਥੀ ਵੀ ਇਸ ਚੀਜ਼ ਨੂੰ ਸਹਿਮਤ ਹੋਣਗੇ ਕਿ ਵੱਖ ਵੱਖ ਦੇਸ਼ਾਂ ਦੀਆਂ ਵੱਖ ਵੱਖ ਪਾਲਿਸੀਜ਼ ਨੇ, ਜਿਹੜੀ ਟ੍ਰੇਡ ਲਿਸਟ ਹੈ, ਸਕਿਲਡ ਹੈ, ਹੱਥਾਂ ਦੀ ਸ਼ਫਾ ਹੈ, ਉਹ ਕਿਤੇ ਨਾ ਕਿਤੇ ਫਿਰ ਵੀ ਕੰਮ ਆ ਜਾਂਦੀ ਹੈ। ਜਿਹੜਾ ਦੂਜਾ ਪੁਆਇੰਟ ਨਵਨੀਤ ਜੀ ਨੇ ਜੋੜਿਆ ਕਿ ਡਿਗਰੀਆਂ ਪਾਸ ਕਰਨੀਆਂ ਥੋੜੀਆਂ ਔਖੀਆਂ ਹੋਣਗੀਆਂ, ਹਾਲੇ ਤਾਂ ਸਾਲ ਪਹਿਲੇ ਡਿਪਲੋਮੇ 'ਚ ਹੋਣਗੇ, ਬਿਲਕੁਲ ਸੌਖੀ ਪੜ੍ਹਾਈ ਹੈ, ਡਿਪਲੋਮੇ 'ਚ ਵੀ ਲੋਕਾਂ ਦੀ ਸਪਲੀਆਂ ਆ ਗਈਆਂ, ਡਿਪਲੋਮੇ 'ਚ ਵੀ ਸਪਲੀਆਂ ਆ ਗਈਆਂ, ਡਿਪਲੋਮੇ 'ਚ ਅਟੈਂਡੈਂਸ ਇਸ਼ੂ ਆ ਗਏ, ਬੱਚਿਆਂ ਨੂੰ ਘਬਰਾਟਾਂ ਪੈਣੀਆਂ ਸ਼ੁਰੂ ਹੋ ਗਈਆਂ, ਕੁਝ ਕਾਲਜਾਂ ਨੇ ਪਹੁੰਚੇ ਹੋਏ ਬੱਚਿਆਂ ਨੂੰ ਵੀ ਐਲੀਕੋਜ਼ ਲਾਤਾ, ਰਜਿਸਟ੍ਰੇਸ਼ਨ ਤੋਂ ਨਾ ਕਰਤੀ, ਭਾਈ ਤੈਨੂੰ ਇੰਸੀਡੈਂਟ ਹੈ ਕਾਲਜ ਦਾ, ਬੱਚੇ ਦੇ 5 ਬੈਂਡ ਆ, ਬੱਚਾ ਕਾਲਜ 'ਚ ਉਹਨੂੰ ਪੁੱਛੇ ਗਿਆ ਵਟ ਇਜ਼ ਯੋਰ ਫਾਦਰਸ ਨੇਮ, ਕਹਿੰਦਾ ਪਟਿਆਲਾ ਡਿਸਟ੍ਰਿਕਟ। ਸੋ ਵਿਚਾਰੇ ਨੂੰ ਅੰਗਰੇਜ਼ੀ ਆਉਂਦੀ ਤੇ 5 ਬੈਂਡ ਆ, ਪਰ ਜਿਹੜੀ ਤੁਸੀਂ ਹਮੇਸ਼ਾ ਗੱਲ ਕਹਿੰਦੇ ਹੋ ਵੀ ਅੰਗਰੇਜ਼ੀ ਨੂੰ ਇੱਕ ਸਰਟੀਫਿਕੇਟ ਤੋਂ ਅੱਗੇ ਸੋਚ ਲਓ, ਉਹ ਤੁਹਾਡੀ ਇੱਕ ਪ੍ਰੈਕਟੀਕਲ ਟੈਕਨੀਕਲ ਚੀਜ਼ ਹੈ। ਮੈਂ ਜਲੰਧਰ ਆਫਿਸ ਬੈਠਾ ਸੀ ਸ਼ੁੱਕਰਵਾਰ ਮੰਗਲਵਾਰ ਕੱਲ ਦੀ ਗੱਲ ਆ, ਮੈਂ ਇੱਕ ਬੱਚੇ ਨੂੰ ਗੱਲ ਕਰ ਰੱਖਦਾ, ਸਰ ਇੰਗਲਿਸ਼ ਤਾਂ ਇੰਗਲਿਸ਼ ਹੈ, ਮੈਂ ਕਿਹਾ ਭਾਈ ਤੂੰ ਤਰਨ ਤਾਰਨ ਹੈ, ਤੇਰੇ ਇੱਥੇ ਕਹਿੰਦੇ ਗਾੜੀ ਚੱਲ, ਬਠਿੰਡੇ ਵਾਲਾ ਕਹਿੰਦਾ ਵਗਿਆ ਚੱਲ, ਚੰਡੀਗੜ੍ਹ ਵਾਲਾ ਕਹਿੰਦਾ ਆਗੇ ਚੱਲ, ਰਾਈਟ? ਇੱਕ ਪੰਜਾਬ ਦਾ ਸੂਬਾ 250 ਕਿਲੋਮੀਟਰ, ਸਾਡੀ ਮਾਂ ਬੋਲੀ 'ਚ ਇੰਨਾ ਫਰਕ ਆ ਵੀ ਅੰਗਰੇਜ਼ੀ 'ਚ ਜਾ ਕੇ ਇੰਡੀਆ ਤੇ ਆਸਟ੍ਰੇਲੀਆ ਦੀ ਕਿੰਨਾ ਕੁ ਫਰਕ। ਬਿਲਕੁਲ ਨੁਣੀ ਜੀ, IPP ਪ੍ਰੋਗਰਾਮ ਤਹਿਤ ਜਿਹੜੇ ਨਵੇਂ ਕਾਲਜਸ ਆ ਰਹੇ ਨੇ, ਨਵਾਂ ਰੂਲ ਐਂਡ ਰੈਗੂਲੇਸ਼ਨਸ ਆ ਰਹੇ ਨਿਊਜ਼ੀਲੈਂਡ ਦੇ ਵਿੱਚ, ਇਹਨਾਂ 'ਚ ਵੀ ਕੋਈ ਐਲੀ ਦਾ ਸਿਸਟਮ ਸ਼ੁਰੂ ਹੋ ਰਿਹਾ? ਰਮੀਰ ਜੀ ਇੱਥੇ ਦੇਖੋ, ਐਜ਼ ਆਫ ਨਾਓ ਤਾਂ ਵਿਦਆਊਟ ਆਈਲੈਟਸ ਵੀ ਸਿਸਟਮ ਚੱਲ ਰਿਹਾ ਇਹਨਾਂ ਕਾਲਜਸ ਦੇ ਵਿੱਚ, ਐਲੀ ਦਾ ਤਾਂ ਆਉਣਾ ਹੀ ਆਉਣਾ, ਜਿਹਦੀ ਗੱਲ ਇੰਗਲਿਸ਼ ਲੈਂਗੁਏਜ ਦੀ ਕਰਕੇ ਤੁਸੀਂ
ਪਰ ਮੈਂ ਇੱਕ ਕਾਲਜ ਦੇ ਨੁਮਾਇੰਦੇ ਨਾਲ ਹੱਸ ਰਿਹਾ ਸੀ, ਸਾਰੇ ਪੰਜਾਬ ਨੂੰ ਪਤਾ ਮੇਰੇ ਇਹਨਾਂ ਕਾਲਜਾਂ ਨਾਲ ਬਹੁਤ ਚੰਗੇ ਤਾਲੁਕਾਤ ਹੈ, ਕਹਿੰਦਾ ਸਾਡੀ ਜ਼ਿੰਦਗੀ ਬਹੁਤ ਔਖੀ ਹੋ ਗਈ। ਮੈਂ ਕਿਹਾ ਕਿਉਂ? ਕਹਿੰਦਾ ਸਾਨੂੰ ਅੰਬੈਸੀ ਤੋਂ ਵੀ ਵੱਧ ਸ਼ੱਕੀ ਹੋਣਾ ਪੈਣਾ ਕਿਉਂਕਿ ਹਰ ਕਾਲਜ ਸਾਰਾ ਦਾਰੋਮਾਰੀ ਕਾਲਜ ਤੇ ਸਿੱਟਦਾ। ਰਣਵੀਰ ਜੀ, ਜਿਹੜੇ ਕਾਲਜ ਪਾਏ ਨੇ, ਚਾਹੇ ਏਯੂ ਦੀ ਤੋਂ ਸ਼ੁਰੂ ਹੋਈ ਹੈ, ਚਾਹੇ ਐਨਐਮਆਈਟੀ ਤੋਂ ਹੋਈ ਹੈ, ਚਾਹੇ ਐਮਆਈਟੀ ਤੋਂ ਹੋਈ ਹੈ, ਚਾਹੇ ਯੂਨੀਟੈਕ ਤੋਂ ਹੋਈ ਹੈ, ਉਹਨਾਂ ਕਾਲਜਾਂ ਦੇ ਲੈਵਲ ਤਾਂ ਦੇਖੋ, ਉਹਨਾਂ ਕਾਲਜ ਦੀ ਰਿਕੁਆਇਰਮੈਂਟ ਤਾਂ ਦੇਖੋ, ਉਹਨਾਂ ਕਾਲਜ ਦੀ ਪੜ੍ਹਾਈ ਦੇ ਲੈਵਲ ਦੇਖੋ, ਉਹਨਾਂ ਬੱਚਿਆਂ ਦੀ ਜਿਹੜੀ ਉੱਥੇ ਪੜ੍ਹ ਰਹੇ ਉਹਨਾਂ ਦੇ ਲੈਵਲ ਦੇਖੋ। ਸੋ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ ਬਹੁਤ ਸਕਸੈਸਫੁਲ ਹੋਣਾ ਉਹਨਾਂ ਬੱਚਿਆਂ ਲਈ ਜਿਹੜੇ ਜ਼ਿੰਦਗੀ ਚ ਕੁਝ ਹਾਸਲ ਕਰਨਾ ਚਾਹੁੰਦੇ। ਪਹਿਲਾਂ ਫਰੈਸ਼ਰਸ ਨੇ, ਫਿਰ ਪੜ੍ਹਾਈ ਵੱਲ ਧਿਆਨ ਹੈ, ਫਿਰ ਇੰਟੈਲੀਜੈਂਟ ਨੇ। ਜੀ, ਜਿੱਦਾਂ ਹੁਣ ਮੇਰੇ ਕੋਲੇ ਮੈਂ ਅੱਜ ਕਹਿਣਾ, ਤੁਸੀਂ ਤੁਹਾਡੀ ਅਕਾਊਂਟ 'ਚ ਤਨਖਾਹ ਆਉਂਦੀ ਪਿਛਲੇ 5 ਸਾਲ ਤੋਂ, 7 ਸਾਲ ਤੋਂ, 10 ਸਾਲ ਤੋਂ, ਤੁਹਾਨੂੰ ਮੈਂ ਨਿਊਜ਼ੀਲੈਂਡ ਇਸ ਪ੍ਰੋਗਰਾਮ ਦੇ ਤਹਿਤ 10 ਸਾਲ ਦੇ ਗੈਪ ਦਾ ਵੀਜ਼ਾ ਵੀ ਲੈ ਦੂੰਗਾ। 10 ਸਾਲ ਦਾ ਗੈਪ ਨਹੀਂ ਹੈ ਬਰੋ, 10 ਸਾਲ ਤੋਂ ਕਿਸੇ ਤੋਂ ਪ੍ਰੋਗਰੈਸ਼ਨ ਜਾਏਗਾ ਨਾ ਜੀ। ਉਹਨੇ ਪਹਿਲਾਂ ਪੜ੍ਹਾਈ ਪੜ੍ਹੀ, ਫਿਰ ਜੌਬ ਕੀਤੀ, ਫਿਰ ਅਗਲੀ ਹਾਇਰ ਸਟੱਡੀ ਲਈ ਜਾ ਰਿਹਾ। ਉਹ ਪ੍ਰੂਵ ਕਰ ਸਕੇ ਕਿ ਮੈਂ ਕਰਨ ਕੀ ਚੱਲਾ, ਮੈਂ ਕੀ ਚਾਹਨਾ, ਉੱਥੇ ਮੇਰਾ ਕੀ ਹੋਊਗਾ, ਕੀ ਨਹੀਂ ਹੋਊਗਾ। ਸੋ ਉਹਨਾਂ ਨੂੰ ਵੀ ਲੈ ਜਾਊਗਾ, ਇਸ ਪ੍ਰੋਗਰਾਮ ਦਾ ਬਹੁਤ ਵੱਡਾ ਫਾਇਦਾ ਹੋਣਾ। ਔਰ ਜਿਹੜਾ ਅੱਜ ਨਿਊਜ਼ੀਲੈਂਡ ਵਿਦਆਊਟ ਆਈਲੈਟਸ ਬੱਚਿਆਂ ਨੂੰ ਲਿਜਾ ਰਿਹਾ ਇੰਗਲਿਸ਼ ਚੈੱਕ ਕਰਕੇ, ਉਹ ਮੇਰੇ ਕੋਲ ਇੱਕ ਬਹੁਤ ਵੱਡੀ ਉਪਲਬਧੀ ਹੈ। ਬਿਲਕੁਲ, ਸ਼ੋਅ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕੰਪੈਰੀਜ਼ਨ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦਾ। ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣਾ ਚਾਹੁੰਦੇ ਹੋ, ਨੰਬਰ ਫਲੈਸ਼ ਕੀਤੇ ਗਏ ਨੇ, ਆਪਣੀ ਜਾਣਕਾਰੀ ਲਈ ਕੋਈ ਸਵਾਲ ਪੁੱਛਣਾ ਹੈ ਜਾਂ ਸਾਡੇ ਨੂੰ ਕੋਈ ਕਿਸੇ ਤਰ੍ਹਾਂ ਦਾ ਸੁਨੇਹਾ ਦੇਣਾ ਹੈਗਾ ਸਾਡੇ ਐਕਸਪਰਟਸ ਨੂੰ, ਤੁਸੀਂ ਬਾਏ ਕਾਲ ਬਾਏ ਮੈਸੇਜ ਸਾਡੇ ਜਿਹੜੇ ਦਰਸ਼ਕ ਨੇ ਉਹ ਜੁੜ ਸਕਦੇ ਨੇ ਗੋ ਗਲੋਬਲ ਦੀ ਟੀਮ ਦੇ ਨਾਲ। ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਸਮੁੱਚੀ ਦੀ ਸਮੁੱਚੀ ਟੀਮ। ਕਿਸੇ ਵੀ ਤਰ੍ਹਾਂ ਦਾ ਮਨ ਦੇ ਵਿੱਚ ਕੋਈ ਸਵਾਲ ਆਉਂਦਾ, ਤੁਸੀਂ ਕਨਫਿਊਜ਼ ਹੋ ਨਿਊਜ਼ੀਲੈਂਡ ਪ੍ਰਤੀ, ਆਸਟ੍ਰੇਲੀਆ ਪ੍ਰਤੀ, ਸਪੌਸ ਹੋ, ਗੈਪ ਹੈ, ਐਲੀ ਹੈ, ਬਹੁਤ ਸਾਰੇ ਮੁੱਦੇ ਨੇ ਜਿਹੜੇ ਅੱਜ ਅਸੀਂ ਨਹੀਂ ਛੇੜੇ। ਇਹਨਾਂ ਟੈਕਨੀਕਲ ਚੀਜ਼ਾਂ ਦੇ ਕਾਰਨ ਹੀ ਅਸੀਂ ਇੱਕ ਕੰਪੈਰੀਜ਼ਨ ਕੀਤਾ, ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਲਈ ਕੀ ਐਡਵਾਂਟੇਜ ਔਰ ਡਿਸਐਡਵਾਂਟੇਜ ਨੇ ਤੇ ਨਿਊਜ਼ੀਲੈਂਡ ਲਈ ਕੀ ਨਫਾ ਤੇ ਨੁਕਸਾਨ ਹੈ। ਰਮੀ ਜੀ, ਮੈਂ ਜੇ ਗੱਲ ਕਰਾਂ ਵਪਾਰਕ ਤੌਰ ਤੇ, ਮੇਰੇ ਲਈ ਆਸਟ੍ਰੇਲੀਆ ਬਹੁਤ ਸੌਖਾ ਹੈ। ਬੱਚਾ ਆਇਆ, ਆਫਰ ਲੈਟਰ ਆਈ, COE ਮੰਗਾਈ, ਫਾਈਲ ਲਈ, ਵੀਜ਼ਾ ਲੱਤਾ, ਬੱਚਾ ਜਹਾਜ਼ ਚੜ ਗਿਆ। ਨਿਊਜ਼ੀਲੈਂਡ ਆਊਗਾ, ਪੜੂਗਾ, ਤਿਆਰੀ ਕਰੂਗਾ, ਇੰਟਰਵਿਊ ਕਰੂਗਾ, ਸਾਰਾ ਕੁਝ ਕਰੂਗਾ, ਇੱਕ ਬੋਝ ਪਊਗਾ। ਵਿਦਿਆਰਥੀ ਲਈ ਬੈਨੀਫਿਸ਼ੀਅਲ ਹੈ ਰਣਵੀਰ ਜੀ। ਅੱਜ ਵੀ ਮੇਰੇ ਗੁਰੀ ਵੀ ਇੰਡੀਆ ਆਇਆ ਹੋਇਆ, ਆਪਣੇ ਜਿਹੜੇ ਮੁੰਡੇ ਕਾਫੀ ਬੱਚੇ ਆਪਣੇ ਇੰਡੀਆ ਅੱਜ ਕੱਲ੍ਹ ਘੁੰਮਣ ਫਿਰਨ ਆਏ ਹੋਏ ਨੇ, ਨਿਊਜ਼ੀਲੈਂਡ ਤੋਂ ਬੱਚੇ ਵੀ, ਆਸਟ੍ਰੇਲੀਆ ਵਾਲੇ ਵੀ ਖੁਸ਼ ਨੇ, ਬਹੁਤ ਖੁਸ਼ ਨੇ ਫਿਲਹਾਲ। ਨਿਊਜ਼ੀਲੈਂਡ ਵਾਲੇ ਬੱਚਿਆਂ ਦੀ ਇੱਕੋ ਗੱਲ ਹੈ ਭਾਜੀ, ਅਸੀਂ ਇੰਨੇ ਖੁਸ਼ ਹੈ ਕਿ ਅਸੀਂ ਕੈਨੇਡਾ ਨਹੀਂ ਗਏ ਜਾਂ ਕਿਸੇ ਹੋਰ ਮੁਲਕ ਨਹੀਂ ਗਏ, ਜਿਹਦੇ ਜਿੱਥੇ ਪੈਰ ਲੱਗ ਜਾਣ ਕੱਲ ਨੂੰ ਗੱਲ ਹੈ ਵੀ, ਚਾਹੇ ਉਹ ਨਿਊਜ਼ੀਲੈਂਡ ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ ਉਹ ਕੈਨੇਡਾ ਹੈ, ਚਾਹੇ UK ਵੀ, ਜਿਹੜੇ ਕਈ ਬੱਚੇ ਗਏ ਨੇ UK, ਕਈ ਬੜੇ ਖੁਸ਼ ਹੈ ਜਿਹਦੇ ਇੱਥੇ ਪੈਰ ਲੱਗ ਗਿਆ। ਕਹਿੰਦੇ ਨੇ ਕਿ ਬਜ਼ੁਰਗ ਕਈ ਵਾਰੀ ਆਪਣਾ ਪੁਰਾਣਾ ਘਰ ਛੱਡ ਕੇ ਨਹੀਂ ਸੀ ਰਾਜੀ, ਜੇ ਨਵੇਂ 'ਚ ਲੈ ਜਾਂਦੇ ਬਿਮਾਰ ਹੋ ਜਾਂਦੇ ਸੀਗੇ। ਸੋ ਜੇ ਅਸੀਂ ਇੱਥੋਂ ਗਏ ਹਾਂ, ਪੈਰ ਨਿਊਜ਼ੀਲੈਂਡ ਲੱਗ ਗਏ, ਭਾਵੇਂ ਸਿੰਗਾਪੁਰ ਲੱਗ ਗਏ, ਫਿਰ ਦੁਬਾਰਾ ਨਹੀਂ ਜੀ ਕਰਦਾ ਕਿਸੇ ਹੋਰ ਕੰਟਰੀ ਵੱਲ ਮੂੰਹ ਕਰੀਏ, ਕਿਉਂਕਿ ਬਹੁਤ ਇੱਕ ਮਿਹਨਤ ਤਰੱਦਤ ਦੇ ਨਾਲ ਉੱਥੇ ਜਿਹੜੀ ਸੋਸ਼ਲ ਨੈਟਵਰਕ ਅਸੀਂ ਜਿਹੜਾ ਸਾਰਾ ਬਣਾਇਆ ਦਾ ਬਣਾਇਆ ਹੁੰਦਾ ਹੈਗਾ। ਕੈਨੇਡਾ ਦੇ SPP ਪ੍ਰੋਗਰਾਮ ਦੀ ਗੱਲ ਕਰ ਲਈ ਸੀ ਪਿਛਲੇ ਸ਼ੋਅ 'ਚ, ਵੀ ਥੋੜ੍ਹੀ ਜਿਹੀ ਗੱਲ ਕੀਤੀ ਸੀ ਕਿ ਜ਼ਿਆਦਾਤਰ ਜਿਹੜੀ ਮਾਸਟਰਸ ਨੇ ਜਾਂ PG ਨੇ, ਪੋਸਟ ਗ੍ਰੈਜੂਏਟ ਲੈਵਲ ਦੇ ਡਿਪਲੋਮਾਸ ਨੇ, ਬਹੁਤ ਵਿਦਿਆਰਥੀ ਨੂੰ ਰਿਪੋਰਟ ਆਈ ਹੈ ਕਿ ਧੱਕ ਦਿੱਤਾ ਗਿਆ ਇੱਕ ਸਾਲ ਦੇ ਵਿੱਚ। ਇਹ ਵੀ ਅਵੇਅਰਨੈਸ ਨਹੀਂ ਦਿੱਤੀ ਗਈ ਕਿ 2 ਸਾਲ ਦਾ ਜੇ ਡਿਪਲੋਮਾ ਕਰੋਗੇ ਤਾਂ PR ਵੱਲ ਤੁਹਾਡੇ ਪੁਆਇੰਟ ਹੋਣੇ ਨੇ। ਕੀ ਇਹ ਮਿਲਦੇ ਨਹੀਂ ਡਿਪਲੋਮਾਸ ਜਾਂ ਕੀ ਕਾਰਨ? ਰਣਵੀਰ ਜੀ, ਮਿਲਦੇ ਨਹੀਂ, ਉਹਦਾ ਕਾਰਨ ਹੈ ਕਿ ਆਪਾਂ ਜਿਹੜੀ ਸੋਚ ਰੱਖਣੀ ਹੈ ਵੀ ਇੱਕੋ ਪਰਟੀਕੂਲਰ ਏਰੀਆ ਜਾਂ ਇੱਕੋ ਪਰਟੀਕੂਲਰ ਥਾਂ ਤੇ ਰੱਖ ਕੇ ਬਣਾਉਣੀ ਹੈ। ਇਹ 2-2 ਸਾਲ ਦੇ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਵੀ ਨੇ, ਜਿਵੇਂ ਇਲੈਕਟ੍ਰੋਨਿਕਸ ਵਾਲੇ ਬੱਚਿਆਂ ਲਈ ਮੈਂ ਪਿੱਛੇ ਜੇ ਲੈ ਕੇ ਆਇਆ ਸੀਗਾ ਮੋਬਾਈਲ ਨੈਟਵਰਕਿੰਗ ਦਾ ਜਾਂ ਕਮਿਊਨੀਕੇਸ਼ਨ ਦਾ ਜਾਂ ਬਾਇਓਟੈਕਨੋਲੋਜੀ ਦੇ ਕੁਝ PG ਲੈ ਕੇ ਆਇਆ, ਕੁਝ ਇੰਜੀਨੀਅਰਸ ਲਈ ਲੈ ਕੇ ਆਇਆ, ਕੁਝ ਮਕੈਨੀਕਲ ਇੰਜੀਨੀਅਰਸ ਲਈ ਲੈ ਕੇ ਆਇਆ। ਕੁਝ ਕਾਲਜਸ ਨੇ ਬੜਾ ਅੱਛਾ ਕੰਮ ਕੀਤਾ, ਉਹਨਾਂ ਨੇ 2-1 ਸਾਲ ਦੇ PG ਕਲੱਬ ਕੀਤੇ ਨੇ ਜਿਨ੍ਹਾਂ ਦੀ ਰੈਲੇਵੈਂਸੀ ਬਿਲਕੁਲ ਕਲੀਅਰ ਪ੍ਰੋਗਰੈਸ਼ਨ ਹੈ। ਸੋ ਅੱਜ ਪ੍ਰੈਕਟੀਕਲੀ ਹਰ ਸਟਰੀਮ ਦੇ ਬੱਚੇ ਲਈ ਮੈਂ 2 ਸਾਲ ਦਾ ਪ੍ਰੋਗਰਾਮ ਦੇ ਸਕਦਾ। ਉਹ ਪ੍ਰੋਗਰੈਸ਼ਨ ਕਲੀਅਰ ਉਹਨਾਂ ਨੇ ਕੁਆਲੀਫਾਈ ਕੀਤੀ ਵੀ ਇੰਨੇ 2 ਸਾਲ ਦੇ ਪ੍ਰੋਗਰਾਮ ਤੁਸੀਂ ਕਰ ਲਓ ਤੇ ਤੁਹਾਡੀ ਆਪਸ ਦੇ ਵਿੱਚ ਇਹ ਹੋ ਜਾਏਗੀ। ਬਟ ਟ੍ਰੈਜਡੀ ਕੀ ਹੈ, ਸੋਚ ਕੀ ਹੈ ਕਿ ਆਪਾਂ ਜੋ ਨਹੀਂ ਰਹਿਣਾ ਚਾਹੁੰਦੇ ਬੱਚੇ ਤੇ, ਨਾ ਬੱਚਾ ਰਾਜੀ। ਬੱਚੇ ਨੇ ਵੀ ਇੱਕੋ ਗੱਲ ਕਹਿਣੀ, ਭਾਜੀ ਮੈਂ ਜੁਗਾੜ ਲਾ ਲੂੰਗਾ। ਜੁਗਾੜ ਤਾਂ ਲਾ ਲੇਗਾ, ਭੜਿਆ ਲੋਕਾਂ ਕਿਵੇਂ ਲਾਏਗਾ? ਇਹ ਚੀਜ਼ ਸੋਚਣੀ ਜ਼ਰੂਰੀ ਹੈ। ਜੇ ਆਪਾਂ ਅੱਜ ਕੈਨੇਡਾ ਦੇ SPP ਵੱਲ ਮੂੰਹ ਕਰੀਏ, ਧਿਆਨ ਦੇਈਏ, ਜਿਹੜੀ ਉਹ ਬਦਲਾਵ ਲਿਆ ਰਹੇ ਨੇ ਉਹ ਇਸ ਪਾਸੇ ਵੱਲ ਜਾ ਰਹੇ ਨੇ ਕਿ ਸਾਨੂੰ ਕਿਤੇ ਨਾ ਕਿਤੇ ਬੈਟਰ ਕੁਆਲਿਟੀ ਦਾ ਬੱਚਾ ਚਾਹੀਦਾ। ਜੇ ਅਸੀਂ ਹੁਣ ਧਿਆਨ ਦੇਈਏ, ਮੈਂ ਇੱਥੇ ਕਿਸੇ ਆਫੀਸ਼ੀਅਲ ਦਾ ਨਾਮ ਨਹੀਂ ਕੋਟ ਕਰ ਸਕਦਾ, ਕਿਸੇ ਕਾਲਜ ਦੇ ਨੁਮਾਇੰਦੇ ਨੇ ਉਹਨਾਂ ਨੇ ਕੋਈ ਗੱਲ ਦੱਸੀ, ਕਹਿੰਦਾ ਸਾਡਾ ਸਿਸਟਮ ਇਹ ਚਾਹ ਰਿਹਾ ਕਿ ਸਾਡੇ ਕੋਲੇ X% ਤੋਂ ਉੱਪਰ ਵਾਲੇ ਬੱਚੇ ਹਨ ਕਿ ਬ੍ਰੇਨ ਜਿਹੜਾ ਅਸੀਂ ਲਈਏ ਉਹ ਇਸ ਪੜ੍ਹਾਈ ਦੇ ਲੈਵਲ ਵਾਲਾ ਲਈਏ। ਸੋ ਜੇ ਹੁਣ ਆਪਾਂ ਧਿਆਨ ਨਾਲ ਦੇਖੀਏ ਪਿਛਲੇ ਸਾਲ ਦੀਆਂ ਰਿਜੈਕਸ਼ਨਸ ਨੂੰ, ਵੀਕ ਅਕੈਡਮਿਕ ਬੈਕਗ੍ਰਾਉਂਡ, ਮੈਥ 'ਚ ਨੰਬਰ ਘੱਟ, ਇੰਗਲਿਸ਼ 'ਚ ਨੰਬਰ ਘੱਟ, ਉਹਨਾਂ ਦੇ ਰਿਜੈਕਸ਼ਨਸ ਹੋਈਆਂ। ਅਸੀਂ ਕਹਿੰਦੇ ਵੀ ਸਾਡੀ ਰੈਲੇਵੈਂਸੀ ਲਈ ਅੰਦਰ ਝਾਤੀ ਮਾਰੀਏ, ਇਹ ਕਾਰਨ ਹੋ ਗਿਆ। ਇਸ ਚੀਜ਼ ਨੂੰ ਫਿਰ ਕਾਲਜ ਨਹੀਂ ਖਫਾ ਹੁੰਦੇ ਕਿ ਸਾਡੀਆਂ ਸੀਟਸ ਖਾਲੀ ਰਹਿ ਗਈਆਂ? ਰਣਵੀਰ ਜੀ, ਕਾਲਜਸ ਦੇਖੋ ਕੁਝ ਹੱਦ ਤੱਕ ਇਹਨਾਂ ਦੇ ਵਪਾਰਕ ਦਾ
ਯੂਨੀਵਰਸਿਟੀ ਦੀ ਆਪਣੀ ਧਾਰਨਾ ਹੈ, ਕਾਲਜ ਦੀ ਆਪਣੀ ਇੱਕ ਧਾਰਨਾ ਹੈ। ਸੋ 2 ਸਾਲ ਦੇ ਪੋਸਟ ਗ੍ਰੈਜੂਏਟ ਪ੍ਰੋਗਰਾਮਸ ਅੱਜ ਮਈ ਇਨਟੇਕ ਲਈ ਵੀ ਅਵੇਲੇਬਲ ਹੈਗੇ ਨੇ। ਜੇ ਕੋਈ ਚੰਗਾ ਪ੍ਰੋਫਾਈਲ ਹੈ 6 ਬੈਂਡ ਤੇ ਵੀ ਮੈਂ ਉਹਨੂੰ ਕੁਝ ਬੱਚਿਆਂ ਨੂੰ ਪੀਜੀ ਦੀ ਆਪਸ਼ਨਸ ਫਿਲਹਾਲ ਦਵਾ ਸਕਦਾ, ਚੰਗਾ ਪ੍ਰੋਫਾਈਲ ਓਵਰਆਲ। ਜੀ, ਜਿਹੜਾ ਮਈ ਇਨਟੇਕ ਦੀ ਗੱਲ ਕੀਤੀ ਹੈ, ਸੈਪਟੈਂਬਰ ਇਨਟੇਕਸ ਦੀ ਗੱਲ ਕੀਤੀ ਹੈ, ਪਿਛਲੇ ਸ਼ੋਅ 'ਚ ਵੀ ਆਪਾਂ ਗੱਲ ਕੀਤੀ ਸੀ ਕਿ ਵਿਦਿਆਰਥੀਆਂ ਦਾ ਇੱਕ ਜਿਹੜਾ ਡਰ ਹੁੰਦਾ ਹੈ ਕਿ ਜੇ ਮਈ ਦੇ ਵਿੱਚ ਐਡਮਿਸ਼ਨਸ ਲੈ ਲਈ ਸੈਪਟੈਂਬਰ ਲਈ ਤਾਂ ਉਹ ਗੈਪ ਨਹੀਂ ਬੰਨਿਆ ਜਾਊਗਾ, ਇੱਕ ਸਾਲ ਡੇਢ ਸਾਲ ਜਿਹੜਾ ਉਹਨਾਂ ਕੋਲ ਇੱਕ ਵੱਖਵਾ ਪਿਆ ਹੈਗਾ। ਜੇ ਅਦਰਵਾਈਜ਼ 2013 ਵਾਲਾ ਪਾਸ 14 ਸਤੰਬਰ 'ਚ ਜਾਂਦਾ ਤਾਂ ਪ੍ਰਸ਼ਨ ਚਿੰਨ੍ਹ ਲੱਗ ਜੂਗਾ, ਜੇ ਮਈ 'ਚ ਸੀਟ ਬੁੱਕ ਕਰਾ ਲੂਗਾ ਉਦੋਂ ਫਾਇਦਾ ਹੋ ਜਾਂਦਾ। ਰਮੇਸ਼ ਜੀ, ਕਿਉਂਕਿ ਉਹ ਸਵਾਲ ਦੇਖੋ, ਆਪਾਂ 2013 'ਚ ਲੈਟ ਸੇ ਆਪਾਂ ਇੰਜੀਨੀਅਰਿੰਗ ਕਰ ਲਈ ਜੂਨ 'ਚ, ਉਹ ਕਹੂਗਾ ਤਾਂ ਸਪਟੈਂਬਰ ਇਨਟੇਕ ਵੀ ਲੰਘ ਗਈ, ਜਨਵਰੀ ਵੀ ਲੰਘ ਗਈ, ਮੇ ਵੀ ਲੰਘ ਗਈ, ਹੁਣ ਤੂੰ ਸਪਟੈਂਬਰ 'ਚ ਕਿਉਂ ਆਏ? ਇਹਨੇ ਕਿ ਵੀਜ਼ਾਸ ਨਹੀਂ ਆਉਣਗੇ, ਆਉਣਗੇ। ਬਟ ਇੱਕ ਪ੍ਰਸ਼ਨ ਚਿੰਨ੍ਹ ਜਿਹੜੀ ਤੁਸੀਂ ਗੱਲ ਕਹੀ ਉਹ ਬਹੁਤ ਵੱਡਾ ਇੱਕ ਜੈਨੂਇਨ ਪ੍ਰਸ਼ਨ ਚਿੰਨ੍ਹ ਲੱਗਦਾ ਆਪ ਦੇ ਅੰਦਰ। ਸੋਚੋ ਵੀ ਤੁਸੀਂ 1.5 ਸਾਲ ਬਾਅਦ ਅਪਲਾਈ ਕਰ ਰਹੇ ਹੋ ਤੇ ਇੱਕ ਬੱਚਾ 6-8 ਮਹੀਨੇ ਬਾਅਦ ਕਰ ਰਿਹਾ, ਉਹ ਕਿਤੇ ਨਾ ਕਿਤੇ 6-8 ਮਹੀਨੇ ਬਾਅਦ ਬੱਚੇ ਨੂੰ ਐਡਵਾਂਟੇਜ ਮਿਲਦੀ ਹੈ। ਫਿਰ ਅੱਜ 6 ਬੈਂਡ ਤੇ ਵੀ ਪੋਸਟ ਗ੍ਰੈਜੂਏਟ ਅਵੇਲੇਬਲ ਨੇ, ਬਹੁਤ ਸਾਰੀਆਂ ਆਪਸ਼ਨਸ, ਸੋ ਉਹ ਸਪਟੈਂਬਰ 'ਚ ਨਹੀਂ ਰਹਿਣੀ ਆ। ਸੋ ਇੰਟਰਨੈਸ਼ ਚਾਹੇ ਇੰਟਰਨੈਸ਼ਨਲ ਬਿਜ਼ਨਸ ਹੈ, ਚਾਹੇ ਮਕੈਨੀਕਲ ਇੰਜੀਨੀਅਰਿੰਗ ਹੈ, ਚਾਹੇ ਇਲੈਕਟ੍ਰੀਕਲ ਹੈ, ਸਾਰੀਆਂ ਆਪਸ਼ਨਸ ਅੱਜ ਆਪਣੇ ਕੋਲੇ ਮਈ ਇਨਟੇਕ ਲਈ ਅਵੇਲੇਬਲ। ਨਮਨ ਜੀ, ਜਿਹੜੇ ਅਸੀਂ ਕਈ ਵਾਰੀ ਕਹਿ ਦਿੰਦੇ ਕਿ ਤੁਹਾਡਾ ਆਇਲਸ ਦਾ ਰਿਜ਼ਲਟ ਨਹੀਂ ਆਇਆ ਜਾਂ ਤੁਹਾਡਾ ਜਿਹੜਾ ਹੈਗਾ ਪਲੱਸ 2 ਦਾ ਰਿਜ਼ਲਟ ਨਹੀਂ ਆਇਆ, ਪੇਪਰ ਦਿੱਤੇ ਹੋਏ ਨੇ, ਕੌਨਫੀਡੈਂਸ਼ੀਅਲ ਜਿਹੜਾ ਇੱਕ ਸਾਨੂੰ ਆਫਰ ਲੈਟਰ ਮਿਲ ਜਾਂਦੀ ਹੈ, ਐਡਮਿਸ਼ਨਸ ਹੋ ਜਾਂਦੀ ਹੈ, ਕੀ ਉਹ ਸੀਟ ਬੁੱਕ ਹੁੰਦੀ ਹੈ ਵਾਕਈ ਸਾਡੀ ਇੱਕ ਪੱਕੀ ਤੌਰ ਤੇ ਆਫਰ ਲੈਟਰ? ਕੰਡੀਸ਼ਨਲ ਆਫਰ ਲੈਟਰ ਦੇ ਉੱਪਰ ਆਪਾਂ GIC ਦਾ ਅਕਾਊਂਟ ਖੋਲ ਸਕਦੇ ਆ, ਬੈਂਕ ਤੇ ਲੋਨ ਅਪਲਾਈ ਕਰ ਸਕਦੇ ਆ, ਤੇ ਕੰਡੀਸ਼ਨਾਂ ਪੂਰੀਆਂ ਕਰਨ ਦੇ ਸੂਰਤੇ ਹਾਲ ਦੇ ਵਿੱਚ ਆਪਾਂ ਨੂੰ ਆਫਰ ਲੈਟਰ ਨੂੰ ਕਨਵਰਟ ਹੁੰਦਾ। ਜੇ ਉੱਚ ਲਿਖਿਆ ਕਿ ਤੁਹਾਡਾ ਹਲੇ ਪਲੱਸ 2 ਦੇ ਰਿਜ਼ਲਟ ਆਉਣ ਤੇ ਜੇ ਫੇਲ ਹੋ ਗਏ ਤਾਂ ਇਹ ਨਹੀਂ ਕਹਿ ਸਕਦੇ ਕਿ ਮੇਰੀ ਆਫਰ ਲੈਟਰ ਕਨਫਰਮ ਹੈ। ਸੋ ਜਿਹੜੀ ਉੱਤੇ ਸ਼ਰਤਾਂ ਲਿਖੀਆਂ ਨੇ, ਜੇ ਆਪਾਂ ਉਹ ਸ਼ਰਤਾਂ ਨੂੰ ਕੰਪਲਾਈ ਕਰਦੇ ਆ, ਸ਼ਰਤਾਂ ਨਾਲ ਉਤਰਦੇ ਖਰੇ, ਤਾਂ ਫਿਰ ਆਪਾਂ ਉਹਨੂੰ ਯਕੀਨਨ ਮੰਨ ਸਕਦੇ। ਐਗਜ਼ਾਮਪਲ ਆਪਾਂ ਲੈ ਲਈਏ ਕਿ ਵਿਦਿਆਰਥੀ ਹੋਰ ਲੇਟ 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 ਹੋਈ ਜਾ ਰਿਹਾ, ਪਿੱਛੇ ਸੀਟਾਂ ਭਰ ਗਈਆਂ, ਉਹ ਦਾਵਾ ਤਾਂ ਨਹੀਂ ਕਰ ਸਕਦਾ ਕਿ ਮੇਰਾ ਸੀਟ ਬੁੱਕ ਕਰਾਈ ਸੀ? ਉੱਥੇ ਕੱਟ ਆਫ ਡੇਟ ਲਿਖੀ ਵੀ ਇਸ ਡੇਟ ਤੋਂ ਪਹਿਲਾਂ ਪਹਿਲਾਂ ਇਹ ਦੇਣੀ ਹੈ, ਇਸ ਡੇਟ ਤੋਂ ਪਹਿਲਾਂ ਪਹਿਲਾਂ ਫੀਸ ਦੇਣੀ ਹੈ, ਤੋ ਇਸ ਡੇਟ ਤੋਂ ਪਹਿਲਾਂ ਪਹਿਲਾਂ ਕਾਗਜ਼ ਦੇਣੇ ਨੇ। ਸੋ ਕੰਡੀਸ਼ਨਲ ਆਫਰ ਲੈਟਰ ਦੇ ਵਿੱਚ ਹਮੇਸ਼ਾ ਜਿਹੜੀ ਤੁਸੀਂ ਗੱਲ ਕਰਦੇ ਪੜ੍ਹ ਤਾਂ ਲਿਆ ਕਰੋ। ਆਸਟ੍ਰੇਲੀਆ ਦੀ ਆਫਰ ਲੈਟਰ ਅਜੇ 15 ਪੇਜ ਦੀ ਆਉਂਦੀ, ਕਿਸੇ ਪਿਓ ਦਾ ਪੁੱਤ ਨੇ 15 ਪੇਜ ਨਹੀਂ ਪੜ੍ਹੇ ਉਹਨੇ ਕੀ ਲਿਖਿਆ ਉਹਦੇ 'ਚ, ਉਹਦੇ 'ਚ ਇੱਕ ਚੀਜ਼ ਲਿਖੀ ਹੈ ਕੀ ਕਰਨਾ ਕੀ ਨਹੀਂ ਕਰਨਾ, ਮੈਂ ਪੜ੍ਹਦੇ ਰਿਫੰਡ ਪਾਲਿਸੀ ਕਿਵੇਂ ਰਹੀ ਹੈ GIC ਦੀ ਪਿੱਛੇ? GIC ਦੀ ਰਿਫੰਡ ਪਾਲਿਸੀ ਅੱਗੇ ਨਾਲੋਂ ਕੁਝ ਟਰੈਕ ਤੇ ਆਈ ਹੈ, ਕਿਉਂਕਿ ਇੰਨੀਆਂ ਕਿ ਐਪਲੀਕੇਸ਼ਨਾਂ ਸੀਗੀਆਂ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਸੀ ਵੀ ਕਰੀਏ ਤੇ ਕਰੀਏ, ਕਿ ਅੱਜ 2-2 ਢਾਈ ਢਾਈ ਮਹੀਨੇ 'ਚ ਬੱਚਿਆਂ ਦੇ ਰਿਫੰਡ ਆਉਣੇ ਸ਼ੁਰੂ ਹੋਏ ਨੇ। ਨਮਨ ਜੀ, ਅਗਲਾ ਮੁੱਦਾ ਸਾਡਾ ਹੈਗਾ, 3-4 ਮਿੰਟ ਸਾਡੇ ਕੋਲ ਬਚੇ ਨੇ, ਸਿੰਗਾਪੁਰ ਬਾਰੇ ਪਿਛਲੇ ਵਾਰੀ ਗੱਲ ਕੀਤੀ ਸੀ ਕਿ ਘੱਟ ਫੀਸ ਵੱਧ ਫੀਸ ਦਾ ਕੀ ਮਸਲਾ ਹੈ, ਕਿਉਂ ਜਾਂਦੇ ਨੇ? ਇੱਕ ਹੋਰ ਮੁੱਦਾ ਸੁਣਨ ਦੇ ਵਿੱਚ ਆਏਗਾ, ਪੰਜਾਬ ਤੋਂ ਏਜੰਟਸ ਜਿਹੜਾ ਲਾਲਚ ਦਿੰਦੇ ਨੇ ਕਿ ਐਟ ਦਾ ਰੇਟ 2 ਲੱਖ ਰੁਪਈਆ, 1.5 ਲੱਖ ਰੁਪਈਆ, ਉਹ ਕਹਿੰਦੇ ਜੀ 6 ਮਹੀਨੇ ਦੀ ਫੀਸ ਵੀ ਨਹੀਂ ਭਰੀ ਜਾਂਦੀ, ਪੂਰੀ 3 ਮਹੀਨੇ ਦੀ ਭਰ ਕੇ ਭਰੀ। ਰਣਵੀਰ ਜੀ, ਫੀਸ ਮੈਂ ਇੱਕ ਹੋਰ ਠੱਗੀ ਸਮਝਾ ਦਿੰਦਾ ਅੱਜ, ਆਪਾਂ ਇਹ ਕਹਿੰਦੇ ਹਾਂ ਜੀ ਮੇਰੀ 2 ਲੱਖ ਰੁਪਏ ਦਾ, ਕਾਲਜ ਨੇ ਫੀਸ ਵੀ ਭਰਤੀ, ਮੈਂ ਪੂਰੀ ਫੀਸ ਵੀ ਭਰ ਦੂੰਗਾ, ਪਰ ਸਿਰਫ ਟਿਊਸ਼ਨ ਫੀਸ ਭਰੂੰਗਾ, ਨਾ ਇੰਸ਼ੋਰੈਂਸ ਭਰੂੰਗਾ, ਨਾ EPF ਭਰੂੰਗਾ, ਨਾ ਚਾਰਜਸ ਭਰੂੰਗਾ, ਨਾ ਐਡਮਿਨਿਸਟ੍ਰੇਸ਼ਨ ਚਾਰਜਸ ਭਰੂੰਗਾ, ਨਾ ਬੁੱਕ ਸਟੇਸ਼ਨਰੀ ਭਰੂੰਗਾ, ਕਾਲਜ 10 ਦਿਨ ਕਾਲਜ ਸੈਟਿੰਗ ਵਿੱਚ ਚੁੱਪ ਰਹੀ, 10 ਦਾਲ ਨਾਲੋਂ ਮਸਾਲਾ ਮਹਿੰਗਾ, ਦਾਲ ਦੇ ਭਰਤੇ ਦੇ ਅਗਲੇ ਛੋਟੇ ਛੋਟੇ ਕੰਮ ਨੇ ਉਹ ਉਹਨੇ ਕੀ ਪੈ ਜਾਂਦੇ, ਉਹਨੇ ਕੀ ਪੈ ਜਾਂਦੇ ਨੇ। ਸੋ ਇੱਕ ਧਿਆਨ ਨਾਲ ਸਮਝਣ ਵਾਲੀ ਗੱਲ ਇਹ ਹੈ ਵੀ ਜੇ ਆਪਾਂ ਰਣਵੀਰ ਜੀ ਗੱਲ ਕਰੀਏ 2 ਲੱਖ ਰੁਪਏ ਦੀ, ਆਪਾਂ ਗੱਲ ਕਰੀਏ ਵੀ 2 ਲੱਖ ਰੁਪਏ 'ਚ ਕੋਈ ਆਪਾਂ ਨੂੰ ਪੜਾਊਗਾ 6 ਮਹੀਨੇ, ਡਾਲਰ ਦਾ ਰੇਟ ਕੀ ਰਣਵੀਰ ਜੀ? ਮੇਰੇ ਖਲਤੀ 39-40 ਹੋ ਗਿਆ, 50 ਰੁਪਏ ਡਾਲਰ, 50 ਪਹੁੰਚ ਗਿਆ, 50 ਨਿਊਜ਼ੀਲੈਂਡ ਦੇ ਬਰਾਬਰ ਪਹੁੰਚਿਆ, $4,000 ਬਣੇ, 6 ਮਹੀਨੇ ਉਹਨੇ ਪੜਾਉਣਾ, ਵਿੱਚੋਂ ਏਜੰਟ ਨੂੰ ਵੀ 4 ਰੁਪਏ ਤੇ ਦੇਣੇ ਆ, ਮੈਂ ਕਹਿੰਦਾ $400-500 ਏਜੰਟ ਨੂੰ ਮਿਲਿਆ, $4,500 ਬੱਚੇ ਕੋਲੇ, ਉਹ ਕਾਲਜ ਕੋਲੇ ਤਕਰੀਬਨ $3,500 ਬੱਚਿਆ, $3,500 6 ਕਰੀਏ ਆਪਾਂ ਤਾਂ $500-550 ਮਹੀਨੇ 'ਚ ਕਾਲਜ ਕੀ ਪੜਾ ਲੂ, ਕੀ ਤਨਖਾਹਾਂ ਕੱਢ ਲੂ, ਕੀ ਚਲਾ ਲੂ, ਕੀ ਬੱਚੇ ਨੂੰ ਕਰ ਲੂ? ਸੋ ਇਹ ਤਾਂ ਆਪ ਸਮਝਣਾ ਪੈਣਾ ਵੀ ਐਡੇ ਘੱਟ 'ਚ ਕਾਲਜ ਹੀ ਨਹੀਂ ਪੜਾ ਸਕਦਾ, ਜਿਹੜੀ ਏਜੰਟ ਗੱਲ ਕਰੇ ਉਹ ਗੱਲ ਝੂਠੀ ਹੈ। ਸੋ ਇਹ ਚੀਜ਼ ਨੂੰ ਸਮਝਣ ਦੀ ਲੋੜ ਹੈ ਵੀ ਜੇ ਕੋਈ ਕਾਲਜ ਪੜਾ ਰਿਹਾ ਉਹ ਕਾਲਜ ਕੀ ਹੋਊਗਾ, ਇਹ ਝਾਤੀ ਮਾਰ ਲੂ ਵੀ ਉਹ ਜਮਾਂ ਹੀ ਸੱਤਿਆਨਾਸ਼ ਹੀ ਹੋਊਗਾ, ਮਾਸਟਰ ਵੀ ਉਹ ਜਿਹੇ ਮਾਹੌਲ ਹੋਊਗਾ। ਸੋ ਕੁੱਲ ਮਿਲਾ ਕੇ ਫੀਸ ਜਿਹੜੀ ਆਫਰ ਲੈਟਰ ਤੇ ਲਿਖੀ ਹੈ ਉਹਨੂੰ ਅੰਡਰਸਟੈਂਡ ਕਰੋ, ਉਹਦੇ 'ਚ ਕਿਹੜੇ ਕਿਹੜੇ ਕੰਪੋਨੈਂਟਸ ਨੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਤਾਂ ਫਿਰ ਆਪਦੇ ਪੈਕੇਜ ਕਿਣੀ ਦੇਖੋ ਵੀ ਮੇਰਾ ਪੈਕੇਜ ਕਿੰਨਾ ਪਿਆ। ਜੀ ਨਮਨ ਜੀ, ਉਸ ਤੋਂ ਅਗਲੀ ਜਿਹੜੀ ਠੱਗੀ ਨਹੀਂ ਮੈਂ ਕਹੂੰਗਾ, ਲਾਲਚ ਵਿਦਿਆਰਥੀ ਨੂੰ ਦਿੱਤਾ ਜਾਂਦਾ ਮੂਵ ਹੋਣ ਦਾ, ਕਿੰਨਾ ਕੁ ਸੱਚ ਹੈ, ਕਿਹੜੇ ਕਿਹੜੇ ਅਦਾਰੇ ਹੋ ਸਕਦੇ ਨੇ, ਕੀ ਸ਼ਰਤਾਂ ਹਨ? ਨਮਨ ਜੀ, ਜਿਹੜੀ ਯਕੀਨਨ ਮੂਵਮੈਂਟ ਆ ਮਲੇਸ਼ੀਆ, ਇੰਡੋਨੇਸ਼ੀਆ, ਬੈਂਕਾਕ, ਇੱਥੇ ਯਕੀਨਨ ਹੈ, ਬਾਕੀ ਸਾਰੀਆਂ ਕੰਡੀਸ਼ਨ ਜਿਹੜੇ ਉਸੇ ਲੈਵਲ ਦੇ ਕੰਟਰੀ ਜਿਹੜੇ ਉਸੇ ਲੈਵਲ ਦੇ ਨੇ, ਕੰਟਰੀ ਆਊਟ ਕੰਟਰੀ ਇਨ, ਸਾਡੇ ਮੁੰਡਿਆਂ ਨੂੰ ਬੜੀਆਂ ਸਕੀਮਾਂ ਆ ਜਾਂਦੀਆਂ ਵਾਲੀਆਂ। ਜਿਹੜਾ ਮੁੰਡਾ ਸਿੰਗਾਪੁਰ ਤੋਂ ਆਊਗਾ ਉਹਦੇ 4 ਬਾਥਰੂਮ ਦੇ ਵੀਜ਼ੇ ਜ਼ਰੂਰ ਲੱਗੇ ਹੋਣਗੇ, ਜਦੋਂ ਮਰਜ਼ੀ ਦੇਖ ਲਿਓ, ਖਾਣ ਪੀਣ ਨੂੰ ਸਸਤਾ, ਘੁੰਮਣ ਫਿਰਨ ਨੂੰ ਸਸਤਾ, ਟਾਈਮ ਪਾਸ ਕਰ ਆਉਂਦੇ ਨੇ। ਸੋ ਜਿਹੜੀ ਅੱਗੇ ਮੂਵਮੈਂਟ ਆ, ਜਿਹੜੇ ਬੱਚੇ ਅੱਜ ਸਿੰਗਾਪੁਰ ਤੋਂ ਪੜ੍ਹ ਕੇ ਇੰਡੀਆ ਵਾਪਸ ਆਏ ਨੇ ਜਾਂ ਪੜ੍ਹਾਈ ਕੰਪਲੀਟ ਕਰ ਲਈ, ਉਹ ਨਿਊਜ਼ੀਲੈਂਡ ਆਸਟ੍ਰੇਲੀਆ ਬਾਰੇ ਫਿਲਹਾਲ ਸੋਚ ਸਕ
ਸੋ ਉਹ ਇੱਕ ਸਕਸੈਸਫੁਲ ਪ੍ਰੋਸੈਸ ਅੱਜ ਚੱਲ ਰਿਹਾ। ਸ਼ੁਕਰੀਆ ਨਵਨੀਤ ਜੀ ਮੇਰੇ ਲਈ ਸਟੂਡੀਓ ਦੇ ਵਿੱਚ ਤੁਸੀਂ ਇਹ ਬਹੁਤ ਸਾਰੀਆਂ ਵਨ ਸੁਵੰਨੀਆਂ ਗੱਲਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੀਆਂ। ਸ਼ੋਅ ਦੁਆਰਾ ਦੇਖਣਾ ਕੱਲ੍ਹ 5:45 ਤੋਂ 5:30 ਵਜੇ ਇੱਕ ਵਾਰੀ ਫਿਰ ਇਹ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਪਣੇ ਦੋਸਤ ਰਣਵੀਰ ਸਿੰਘ ਨੂੰ ਲੱਗੇ ਦੇ ਧੰਨਵਾਦ। ਸਤਿ ਸ਼੍ਰੀ ਅਕਾਲ।